ਇਹ ਕੋਲ ਇੱਕ ਛੋਲਿਆਂ ਵਾਲਾ ਨੁਸਖਾ ਹੈਗਾ ਜਿਹੜਾ ਤੁਹਾਡੇ ਬਜ਼ੁਰਗਾਂ ਨੇ ਤੁਹਾਨੂੰ ਦਿੱਤਾ ਹੈ ਉਹ ਕੀ ਫਾਰਮੂਲਾ ਹੈ ਕਿਵੇਂ ਇਸਤੇਮਾਲ ਕਰਨਾ ਹੈ ਔਰ ਕੀ ਕੀ ਉਹਦੇ ਫਾਇਦੇ ਹੁੰਦੇ ਨੇ ਘੋੜਾ ਜਿਹੜਾ ਉਹ ਇੰਨਾ ਤਾਕਤਵਰ ਉਹਦਾ ਸਰੀਰ ਬਿਲਕੁਲ ਲੋਇਰ ਵਰਗਾ ਤਾ ਹੁੰਦਾ ਵੀ ਉਹ ਸਰੀਰ ਦੀ ਅੜੀ ਘੋੜੇ ਘੋੜਾ ਜਿਹੜਾ ਛੋਲੇ ਚਬਦਾ ਰਹਿੰਦਾ ਜਾਂ ਚੰਗੀਆਂ ਚੀਜ਼ਾਂ ਲੈ ਕੇ ਆਨੇ ਆ ਜਿਹਦਾ ਆਪਾਂ ਸੀਰੀਜ਼ ਦਾ ਨਾਮ ਅੱਗੇ ਚਲਦੀ ਪਈ ਸਾਡੀ ਦੇਸੀ ਵੈਗਰਾ ਦੇਸੀ ਵੈਗਰਾ ਪਾਰਟ 11 ਜਿਹੜਾ ਫਾਰਮੂਲਾ ਨਾ ਮੈਂ ਪਿਛਲੀ ਇੰਟਰਵਿਊ ਦੇ ਵਿੱਚ ਤੁਹਾਨੂੰ ਜ਼ਿਕਰ ਕੀਤਾ ਸੀ ਵੀ ਆਪਾਂ ਬੰਬ ਪੇਸ਼ ਕਰਨ ਜਾ ਰਹੇ ਹਾਂ ਇਹ ਬੰਬ ਤੋਂ ਉੱਤੇ ਜਿਹੜਾ ਹੁੰਦਾ ਨਾ ਐਟਮ ਬੰਬ ਇਹ ਐਟਮ ਬੰਬ ਪੇਸ਼ ਕਰਨ ਜਾ ਰਹੇ ਹਾਂ ਸੋ ਆਪਾਂ ਜਿਹੜਾ ਅੱਜ ਦਾ ਫਾਰਮੂਲਾ ਦੱਸਣ ਜਾ ਰਹੇ ਹਾਂ ਉਹ ਵਾਕਈ ਤੁਹਾਨੂੰ ਤਾਕਤ ਜਿਹੜੀ ਇਹ ਘੋੜੇ ਨਾਲੋਂ ਵੱਧ ਕੇ ਦੇਵੇਗਾ ਕਿਉਂਕਿ ਆਪਾਂ ਕੱਲੇ ਛੋਲਿਆਂ ਦੇ ਉੱਤੇ ਡਿਪੈਂਡ ਨਹੀਂ ਹੋਣਾ ਉਹਦੇ ਨਾਲ ਇੱਕ ਐਡੀਸ਼ਨਲ ਜਿਹਦੇ ਵਿੱਚ ਇੰਨੇ ਜ਼ਿਆਦਾ ਹੈਲਦੀ ਫੈਟਸ ਹੁੰਦੇ ਨੇ ਜਿਹੜੇ ਜਿੱਦਾ ਕਿ ਸਿਰਫ ਰੰਗ ਕਾਲਾ ਤੇ ਕਾਮ ਉਹਨੇ ਤੁਹਾਡੀ ਜ਼ਿੰਦਗੀ ਦਾ ਕੀ ਕਰਨਾ ਤੁਹਾਡੀ ਜ਼ਿੰਦਗੀ ਨੂੰ ਉਹਨੇ ਸਰੇਹਰੀ ਬਣਾ ਦੇਣਾ ਜੋ ਤੁਹਾਡਾ ਪਾਰਟਨਰ ਕਿਹਦੀ ਤੁਹਾਡੇ ਤੋਂ ਐਕਸਪੈਕਟ ਕਰਦਾ ਨਾ ਵੀ ਮੇਰਾ ਪਾਰਟਨਰ ਮੈਨੂੰ ਇੰਨੀ ਖੁਸ਼ੀ ਦੇਏ ਇੰਨੀ ਖੁਸ਼ੀ ਦੇਏ ਕਿ ਉਹਦੀਆਂ ਮੁੱਛਾਂ ਹਰ ਵੇਲੇ ਖੜੀਆਂ ਹੀ ਰਹਿਣ ਰੰਗ ਹਮੇਸ਼ਾ ਚੜਿਆ ਰਹੇ ਬੰਦਾ ਚਿਹਰਾ ਗਲੋ ਮਾਰਦਾ ਐ ਲਿਸ਼ਲਿਸ਼ ਕਰਦਾ ਐ ਇਦਾਂ ਦੀ ਖੁਸ਼ੀ ਇਦਾਂ ਦੇ ਚਿਹਰੇ ਤੇ ਰੌਣਕ ਇਦਾਂ ਦਾ ਤੁਸੀਂ ਸਰੀਰ ਇਦਾਂ ਹੋਲਾ ਫੁੱਲ ਹੋਇਆ ਤੁਸੀਂ ਨਜ਼ਾਰਾ ਆ ਜਾਊਗਾ ਤੁਹਾਨੂੰ ਕਲ ਹੋਰ ਦੱਸੋ ਤੁਸੀਂ ਦੱਸ ਰਹੇ ਸੀ ਕਿ ਜਿਹੜਾ ਨੁਸਖਾ ਤੁਸੀਂ ਅੱਜ ਦੱਸਣ ਜਾ ਰਹੇ ਹੋ ਕੈਮਰੇ ਸਾਹਮਣੇ ਰਿਵੀਲ ਕਰਨ ਜਾ ਰਹੇ ਹਾਂ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਨਸ਼ੇ ਵੱਲ ਲੱਗੇ ਹੋਏ ਨੇ ਜਾਂ ਜਿਨ੍ਹਾਂ ਨੂੰ ਬੜਾ ਟਾਈਮ ਹੋ ਗਿਆ ਕਿਸੇ ਨਸ਼ੇ ਦੇ ਵਿੱਚ ਪਏ ਸਰੀਰੀ ਕਮਜ਼ੋਰੀ ਬੜੀ ਆ ਜਾਂਦੀ ਹੈ ਨਸ਼ੇ ਕਰਕੇ ਉਹਨਾਂ ਤੇ ਵੀ ਕੰਮ ਕਰੇਗਾ ਬਿਲਕੁਲ ਜੀ ਬਿਲਕੁਲ ਲੋਕ ਜਿਨ ਕਹਿੰਨ ਉਹ ਬਿਲਕੁਲ ਬੰਦਾ ਸਰੀਰ ਦੇ ਪੱਲੇ ਕੁਝ ਨਹੀਂ ਰਹਿ ਗਿਆ ਸਰੀਰ ਅੰਦਰੋਂ ਖੋਖਲਾ ਹੋ ਗਿਆ ਕਿਸੇ ਵੀ ਤਰ੍ਹਾਂ ਦਾ ਮੈਡੀਕਲ ਨਸ਼ਾ ਕੀਤਾ ਹੋਏ ਕਿਸੇ ਵੀ ਤਰ੍ਹਾਂ ਦਾ ਸੁਆਗ ਫੀਮ ਪੁੱਕੀ ਜੋ ਵੀ ਤੁਸੀਂ ਨਸ਼ੇ ਦਾ ਨਾਲ ਲਓ ਜਿਹੜਾ ਵੀ ਡਰੱਗ ਦੇ ਐਡਿਕਟ ਹੋ ਗਿਆ ਮਤਲਬ ਉਹਨੂੰ ਡਰੱਗ ਤੋਂ ਇਲਾਵਾ ਕੁਛ ਨਹੀਂ ਚਾਹੀਦਾ ਉਹ ਨਸ਼ਾ ਕਰਕੇ ਬੰਦਾ ਹਟ ਗਿਆ ਸਰੀਰ ਸੁੱਕ ਕੇ ਤੀਲੇ ਵਰਗਾ ਹੋ ਗਿਆ ਉਹਦੇ ਅੰਦਰ ਵੀ ਇੱਕ ਨਵੀਂ ਜਾਨ ਇੱਕ ਨਵੀਂ ਅਮੰਗ ਜਿਹੜੀ ਉਹ ਬਿਲਕੁਲ ਸਰੀਰ ਨੂੰ ਬਿਲਕੁਲ ਅੱਗੇ ਵੱਰ ਨੂੰ ਜਿੱਦਾਂ ਅੱਗੇ ਸੀਗਾ ਉਦਾਂ ਹੀ ਕਰ ਰਿਹਾ ਕਿ ਚੋਲਿਆਂ ਦਾ ਜੇਕਰ ਅਸੀਂ ਖਾਣ ਦਾ ਸਹੀ ਇਸਤੇਮਾਲ ਕਰਨਾ ਸਿੱਖ ਜੀ ਤੇ ਅਸੀਂ ਵਿਆਗਰਾ ਵਗੈਰਾ ਜਿਹੜੀਆਂ ਗੋਲੀਆਂ ਨੇ ਜਿਹੜੀਆਂ ਨੁਕਸਾਨ ਕਰ ਰਹੀਆਂ ਨੇ ਪਾਵਰ ਕੈਪਸੂਲ ਗੋਲੀਆਂ ਨੌਜਵਾਨ ਮੁੰਡੇ ਕੁੜੀਆਂ ਦਾ ਬੜਾ ਨੁਕਸਾਨ ਕਰ ਰਹੀਆਂ ਨੇ ਉਹਨਾਂ ਤੋਂ ਖਿਹੜਾ ਜਿਹੜਾ ਛੁੱਟ ਸਕਦਾ ਜੇ ਆਪਾਂ ਦੋਨਾਂ ਨੂੰ ਕੰਬਾਈਨ ਕਰ ਦਈਏ ਇੱਕ ਸਹੀ ਮਿਸ਼ਰਣ ਦੇ ਵਿੱਚ ਤੇ ਇਹ ਇੰਨੀ ਪਾਵਰਫੁਲ ਚੀਜ਼ ਬਣਦੀ ਹੈ ਨਾ ਜਿੱਦਾਂ ਕਹਿੰਦਾ ਸਰੀਰ ਬਿਲਕੁਲ ਲੱਕੜ ਵਰਗਾ ਹੋ ਗਿਆ ਲੋਹੇ ਵਰਗਾ ਹੋ ਗਿਆ ਇਹ ਵਾਕਈ ਹੋ ਜਾਂਦਾ ਸ्योर ਵੀ ਜਿਹੜਾ ਵੀ ਵਰਤੇਗਾ ਐਕਸਪਰਟ ਦੀ ਸਲਾਹ ਨਾਲ ਵਰਤੇਗਾ ਉਹਨੂੰ ਇਹ ਦਾ 100% ਰਿਜ਼ਲਟ ਮਿਲੇਗਾ ਨਹੀਂ ਤੇ ਜਿਹੜੀ ਆ ਉਹਨੇ ਵੀਡੀਓ ਦੇਖਿਆ ਜਿਹੜਾ ਉਹਦਾ ਡਾਟਾ ਨਾ ਉਹਦੇ ਪੈਸੇ ਮੇਰੇ ਕੋਲ ਆਸਲਾ ਲੈ ਐਨਾ ਸ਼્યોਰ ਹਾਂ ਮੈਂ ਜਦੋਂ ਵੀ ਤੁਸੀਂ ਰਾਤ ਨੂੰ ਪੈਨ ਵਾਲੇ ਦੁੱਧ ਪੀਂਦੇ ਹੋ ਦੁੱਧ ਦੇ ਨਾਲ ਇੱਕ ਚਮਚਾ ਲੈਣਾ 7 ਦਿਨ ਆਪਾਂ ਲਗਾਤਾਰ ਲੈਣਾ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਕਾਸਿਫ faruqui ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਜਿਵੇਂ ਸਰਦੀਆਂ ਸ਼ੁਰੂ ਹੋ ਚੁੱਕੀਆਂ ਨੇ ਪੱਖੇ ਬੰਦ ਹੋ ਚੁੱਕੇ ਨੇ ਏਸੀ ਬੰਦ ਹੋ ਚੁੱਕੇ ਨੇ ਅਜਿਹੇ ਦੇ ਵਿੱਚ ਗਰਮ ਚੀਜ਼ਾਂ ਦਾ ਸੇਵਨ ਹੈ ਇਨਸਾਨ ਹੈ ਜਿਹੜਾ ਇੱਕ ਲਖਤ ਸ਼ੁਰੂ ਕਰ ਦਿੰਦਾ ਜਿਸ ਤੋਂ ਬਾਅਦ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਗਰਮ ਚੀਜ਼ਾਂ ਸਹੀ ਇਸਤੇਮਾਲ ਨਾ ਕਰਨ ਕਰਕੇ ਸਾਡੇ ਸਰੀਰ ਦੇ ਵਿੱਚ ਆ ਜਾਂਦੀਆਂ ਨੇ ਉਹਨਾਂ ਦੇ ਵਿੱਚੋਂ ਇੱਕ ਹੈ ਤਿਲ ਅਤੇ ਛੋਲੇ ਜਿਨ੍ਹਾਂ ਦਾ ਇਸਤੇਮਾਲ ਸਰਦੀਆਂ ਦੇ ਵਿੱਚ ਬਹੁਤ ਜ਼ਿਆਦਾ ਹੈ ਜਿਹੜਾ ਲੋਕ ਕਰਦੇ ਨੇ ਅਜਿਹੇ ਦੇ ਵਿੱਚ ਜਦੋਂ ਅਸੀਂ ਇਸ ਤਿਲ ਅਤੇ ਛੋਲਿਆਂ ਦੇ ਬਾਬਤ ਗਲਬਾਤ ਕੀਤੀ ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਹੋਰਾਂ ਨਾਲ ਤਾਂ ਉਹਨਾਂ ਨੇ ਬੜਾ ਹੀ ਇਸ ਉੱਤੇ ਇੱਕ ਜ਼ਬਰਦਸਤ ਨੁਸਖਾ ਹੈ ਜਿਹੜਾ ਇਹਨਾਂ ਨੇ ਖੁਦ ਵੀ ਅਜ਼ਮਾਇਆ ਹੋਇਆ ਜਦੋਂ ਸਾਡੇ ਨਾਲ ਸਾਂਝਾ ਕੀਤਾ ਤਾਂ ਸਾਡੀਆਂ ਅੱਖਾਂ ਖੁੱਲ ਗਈਆਂ ਕਿ ਕਿਵੇਂ ਮਹਿਜ਼ ਛੋਲਿਆਂ ਦੇ ਨਾਲ ਅਸੀਂ ਦਿਨ ਪਰ ਕਹਿ ਲਈਏ ਕਿ ਚੁਸਤ ਔਰ ਤੰਦਰੁਸਤ ਰਹਿ ਸਕਦੇ ਹਾਂ ਸਰਦੀਆਂ ਦੇ ਵਿੱਚ ਆਪਣੇ ਸਰੀਰ ਨੂੰ ਹਲਕਾ ਫੁਲਕਾ ਰੱਖ ਸਕਦੇ ਹਾਂ ਸੋ ਗੱਲਬਾਤ ਦੀ ਸ਼ੁਰੂਆਤ ਕਰ ਲਾਂਗੇ ਸਮਝਾਂਗੇ ਨੁਸਖਾ ਵੀ ਸਮਝਾਂਗੇ ਤੇ ਗੱਲਬਾਤ ਵੀ ਅਸੀਂ ਸ਼ੁਰੂ ਕਰ ਲੈਂਦੇ ਆ ਸਭ ਤੋਂ ਪਹਿਲਾਂ ਹਮੇਸ਼ਾ ਦੀ ਤਰ੍ਹਾਂ ਅਸੀਂ ਸਵਾਗਤ ਕਰ ਲੈਂਦੇ ਆ ਵੈਦ ਹਰਸ਼ਵੀਰ ਜੀ ਦਾ ਵੈਦ ਜੀ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਹਕੀਕਤ ਟੀਵੀ ਦੇਖਣ ਵਾਲਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਛਾ ਵੈ ਜੀ ਤੁਸੀਂ ਸਾਡੀ ਗੱਲ ਜਿਵੇਂ ਕਿ ਚੱਲ ਰਹੀ ਸੀ ਛੋਲਿਆਂ ਦੇ ਉੱਤੇ ਅਸੀਂ ਅਕਸਰ ਜਿਹੜੀ ਡਿਸਕਸ਼ਨਾਂ ਹੈਗੀਆਂ ਨੇ ਤਾਂ ਤੁਸੀਂ ਕਿਹਾ ਕਿ ਅਚਾਨਕ ਤੁਹਾਡੇ ਕੋਲ ਇੱਕ ਛੋਲਿਆਂ ਵਾਲਾ ਨੁਸਖਾ ਹੈਗਾ ਜਿਹੜਾ ਤੁਹਾਡੇ ਬਜ਼ੁਰਗਾਂ ਨੇ ਤੁਹਾਨੂੰ ਦਿੱਤਾ ਹੈ ਉਹ ਕੀ ਫਾਰਮੂਲਾ ਹੈ ਕਿਵੇਂ ਇਸਤੇਮਾਲ ਕਰਨਾ ਹੈ ਔਰ ਕੀ ਕੀ ਉਹਦੇ ਫਾਇਦੇ ਹੁੰਦੇ ਨੇ ਦੇਖੋ ਜੀ ਧੇਰੇ ਦੇਖਣ ਵਾਲਿਆਂ ਨੂੰ ਪਹਿਲਾਂ ਤੇ ਮੈਂ ਸਭ ਤੋਂ ਪਹਿਲਾਂ ਹਰ ਵਾਰ ਦੀ ਤਰ੍ਹਾਂ ਧੰਨਵਾਦ ਤੋਂ ਸ਼ੁਰੂ ਕਰਾਂਗਾ ਵੀ ਦੇਖਣ ਵਾਲਿਆਂ ਦਾ ਮੈਨੂੰ ਇੰਨਾ ਪਿਆਰ ਦੇਣ ਵਾਲਿਆਂ ਦਾ ਮੈਂ ਤਹੇ ਦਿਲੋਂ ਸ਼ੁਕਰਗੁਜ਼ਾਰ ਹਾਂ ਉਦੀ ਇੱਕ ਪਿਆਰ ਦੀ ਛੋਟੀ ਜੀ ਕਿਸ਼ਤ ਲੈ ਕੇ ਇਨਸਟਾਲਮੈਂਟ ਲੈ ਕੇ ਆਇਆ ਹਾਂ ਅੱਜ ਫਿਰ ਕਿ ਮੇਰਾ ਇੰਨਾ ਜ਼ਿਆਦਾ ਇੰਨਾ ਜ਼ਿਆਦਾ ਜੋ ਕਿ ਜਿੰਦਗੀ ਚ ਨਹੀਂ ਸੋਚਿਆ ਵੀ ਇੱਥੇ ਤੁਸੀਂ ਮੈਨੂੰ ਪਛਾਣਤਾ ਜਦ ਕਿ ਮੈਂ ਇਸ ਕਾਬਲ ਸਿਰਫ ਪ੍ਰਮਾਤਮਾ ਦੀ ਮਿਹਰ ਸਦਕਾ ਜਾਂ ਕਿੱਦਾਂ ਕਹ ਲਵਾਂ ਵੀ ਸਤਿਗੁਰੂ ਦਾ ਹੱਥ-ਹੱਥ ਸਿਰ ਦੇ ਉੱਤੇ ਹੋਣ ਕਰਕੇ ਵੀ ਮੈਨੂੰ ਇੰਨਾ ਪਿਆਰ ਦਿੰਦੇ ਪਏ ਨੇ ਮੈਂ ਦੇਖਣ ਵਾਲਿਆਂ ਦਾ ਮੇਰੇ ਭਰਾਵਾਂ ਦਾ ਮੈਂ ਤਹਦ ਲੋ ਸ਼ੁਕਰ ਕਰਕੇ ਜਾ ਰਹਾ ਮੈਂ ਇਹਨਾਂ ਦਾ ਦੇਣਾ ਨਹੀਂ ਦੇ ਸਕਦਾ ਜੀ ਜੀ ਅੱਛਾ ਇੱਕ ਗੱਲ ਦੱਸੋ ਕਿ ਸਰਦੀਆਂ ਦੇ ਵਿੱਚ ਜ਼ਿਆਦਾਤਰ ਅਸੀਂ ਗਰਮ ਚੀਜ਼ਾਂ ਖਾ ਲੈਂਦੇ ਹਾਂ ਉਸ ਦਾ ਕੋਈ ਮਾੜਾ ਪ੍ਰਭਾਵ ਸਰੀਰ ਤੇ ਪੈਂਦਾ ਜੇਕਰ ਉਹਨੂੰ ਸਿਸਟੇਮੈਟਿਕਲੀ ਨਾ ਖਾਦਾ ਜਾਵੇ ਦੇਖੋ ਫਰੂਕੀ ਸਾਹਿਬ ਇੱਕ ਇੱਕ ਛੋਟੀ ਜੀ ਚੀਜ਼ ਤੇ ਮੈਂ ਕਲੀਅਰ ਕਰਾਂਗਾ ਕਲੈਰੀਫਾਈ ਕਰਾਂਗਾ ਵੀ ਜਿਹੜਾ ਵੀ ਵੀਡੀਓ ਆਪਾਂ ਬਣਾਣੇ ਆ ਇੱਕ ਐਜੂਕੇਸ਼ਨਲ ਪਰਪਸ ਲਈ ਬਣਾਣੇ ਆ ਸਾਡੇ ਇੱਕ ਤਜਰਬੇ ਨੇ ਆਪਾਂ ਇਹ ਚਾਹਦੇ ਆਂ ਕਿ ਅਖੋਤੀ ਵਿਦਾਂ ਤੋਂ ਸਾਡੇ ਵੀਰਾਂ ਭਰਾਵਾਂ ਨੂੰ ਬਚਾਇਆ ਜਾਏ ਇੰਨੇ ਇੰਨੇ ਇਨਸੀਡੈਂਟ ਮੇਰੇ ਨਾਲ ਰੋਜ਼ ਇੱਥੇ ਹੁੰਦੇ ਨੇ ਨਾ ਬੈਠੇ ਬੈਠੇ ਜੋ ਕੁਛ ਖਾਤੀ ਵੈਦ ਕਰਤੂਤਾਂ ਪੇਸ਼ ਕਰਦੇ ਨੇ ਜਿੰਨਾ ਇਹ ਲੁੱਟਦੇ ਨੇ ਹੁਣ ਤੁਸੀਂ ਇਹ ਦੇਖੋ ਵੀ ਇੱਕ ਪੇਸ਼ੈਂਟ ਮੇਰੇ ਕੋਲ ਦਵਾਈ ਲੈ ਕੇ ਆਇਆ ਕਿਸੇ ਵੈਦ ਦੀ ਉਹਦੇ ਵਿੱਚੋਂ ਕੀ ਨਿਕਲਿਆ ਤੁਸੀਂ ਸੋਚ ਨਹੀਂ ਸਕਦੇ ਪਲਾਸਟਰ ਆਫ ਪੈਰਿਸ ਪੋਪ ਚੌਕ ਪਾਊਡਰ ਨਿਕਲਿਆ ਵਿੱਚੋਂ ਦੱਸੋ ਜੇ ਤੁਸੀਂ ਪੈਸੇ ਲੈਂਦੇ ਬਏ ਹੋ ਚੌਕ ਪਾਊਡਰ ਪਲਾਸਟਰ ਆਫ ਪੈਰਿਸ ਇੰਨਾ ਕਿਸੇ ਨਾਲ ਦੁਸ਼ਮਣੀ ਕਰਨ ਉਹ ਬੰਦੇ ਕਿਤੋਂ ਆਏ ਸੀ ਮੰਗਲ ਗ੍ਰਹਿ ਤੋਂ ਤੁਹਾਡੇ ਅੰਦਰੋਂ ਤੁਹਾਡੇ ਵੀਰ ਭਰਾ ਹੀ ਨੇ ਸਾਰੇ ਪੰਜਾਬੀ ਕਿਉਂ ਆਪਾਂ ਇੱਕ ਪਰਿਵਾਰ ਇੱਕ ਫੈਮਿਲੀ ਆ ਆਪਾਂ ਸਾਰੇ ਉਹਨਾਂ ਦੇ ਵਿੱਚੋਂ ਸਾਡੇ ਆਪਣੇ ਬੱਚਿਆਂ ਨਾਲ ਤੁਸੀਂ ਕਿਹੜੀ ਗੱਲ ਦੀ ਦੁਸ਼ਮਣੀ ਕੱਢਦੇ ਹੋ ਸੋ ਇਹਨਾਂ ਦੀ ਚੀਜ਼ਾਂ ਚੰਗੀਆਂ ਚੀਜ਼ਾਂ ਲੈ ਕੇ ਆਨੇ ਆ ਜਿਹਦਾ ਆਪਾਂ ਸੀਰੀਜ਼ ਦਾ ਨਾਮ ਅੱਗੇ ਚਲਦੀ ਪਈ ਸਾਡੀ ਦੇਸੀ ਵੈਗਰਾ ਜੀ ਦੇਸੀ ਵੈਗਰਾ ਪਾਰਟ 11 11 ਲੈ ਕੇ ਆਏ ਆ ਪੰਜਾਬੀ ਦੇ ਵਿੱਚ ਭਾਗ 11ਵਾਂ ਅੱਜ ਲੈ ਕੇ ਆਏ ਆ ਅੱਜ ਆਪਾਂ ਇਹਨਾਂ ਅਖੌਤੀ ਵੈਦਾਂ ਤੋਂ ਤੁਹਾਨੂੰ ਮੁਕਤ ਕਰਨ ਲਈ ਇੰਡੀਆਂ ਦੀਆਂ ਦੁਕਾਨਾਂ ਨੂੰ ਜਨਰੇਲ ਲਵਾਨ ਲਈ ਆਏ ਆ ਐਂਡ ਮੇਨ ਜਿਹੜਾ ਸਾਡਾ ਮੋਟਿਵ ਏ ਉਹ ਆਏ ਵੀ ਆਪਾਂ ਇੱਕ ਐਜੂਕੇਸ਼ਨਲ ਪਰਪਸ ਤੇ ਆਏ ਆ ਹਰ ਬੰਦੇ ਨੂੰ ਉਹਦੀ ਤਸਵੀਰ ਪਤਾ ਹੋਣੀ ਬਹੁਤ ਜ਼ਰੂਰੀ ਹੈ ਅੱਛਾ ਕੀ ਫਾਰਮੂਲਾ ਹੈਗਾ ਕੀ ਨੁਸਕਾ ਹੈਗਾ ਜੀ ਰੁਕੀ ਸਾਹਿਬ ਅੱਜ ਦਾ ਜਿਹੜਾ ਫਾਰਮੂਲਾ ਨਾ ਮੈਂ ਪਿਛਲੀ ਇੰਟਰਵਿਊ ਦੇ ਵਿੱਚ ਤੁਹਾਨੂੰ ਜ਼ਿਕਰ ਕੀਤਾ ਸੀ ਵੀ ਆਪਾਂ ਬੰਬ ਪੇਸ਼ ਕਰਨ ਜਾ ਰਹੇ ਹਾਂ ਇਹ ਬੰਬ ਤੋਂ ਉੱਤੇ ਜਿਹੜਾ ਹੁੰਦਾ ਨਾ ਐਟਮ ਬੰਬ ਇਹ ਐਟਮ ਬੰਬ ਪੇਸ਼ ਕਰਨ ਜਾ ਰਹੇ ਹਾਂ ਹੁਣ ਤੁਹਾਨੂੰ ਪਤਾ ਜਿਹੜਾ ਕੋੜਾ ਕਿੰਨਾ ਤਾਕਤਵਾਰ ਹੁੰਦਾ ਅਕਵਾਤੀ ਵੈਦਾਂ ਨੇ ਇੱਡਾਂ ਦੇ ਵਿੱਚ ਵੀ ਲਿਖਿਆ ਹੁੰਦਾ ਘੋੜੇ ਵਰਗੀ ਤਾਕਤ ਹਾਸਲ ਕਰੋ ਹੁਣ ਉਹ ਘੋੜਾ ਖਾਂਦਾ ਕੀ ਇਹ ਦੱਸੋ ਕੀ ਖਾਂਦਾ ਤੂੰ ਧੰਨਵਾਦ ਘੋੜਾ ਤਾਂ ਉਹਦੀ ਮਨਪਸੰਦ ਖੁਰਾਕ ਤੇ ਛੋਲੇ ਹੀ ਨੇ ਜੀ ਹਾਂਜੀ ਬਿਲਕੁਲ ਠੀਕ ਹੈ ਆ ਫਰੂਕੀ ਸਾਹਿਬ ਤੁਸੀਂ ਤੁਹਾਡੀ ਜਾਣਕਾਰੀ ਬਹੁਤ ਵਧੀਆ ਘੋੜਾ ਜਿਹੜਾ ਉਹ ਇੰਨਾ ਤਾਕਤਵਾਰ ਉਹਦਾ ਸਰੀਰ ਬਿਲਕੁਲ ਲੋਹੇ ਵਰਗਾ ਤਾਂ ਹੁੰਦਾ ਵੀ ਉਹ ਸਰੀਰ ਦੇ ਅੜੀ ਘੋੜਾ ਜਿਹੜਾ ਛੋਲੇ ਚਬਦਾ ਰਹਿੰਦਾ ਤੇ ਜੇ ਇਨਸਾਨ ਕੋਈ ਇਦਾਂ ਦੀ ਖੁਰਾਕ ਖਾਏ ਇਹੀ ਚੀਜ਼ਾਂ ਨੂੰ ਪੀਸ-ਪੀਸ ਕੇ ਕੋਤੀ ਵੈਦ ਜਿਹੜੇ ਨੇ ਉਹ ਪੈਸੇ ਬਣਾਉਂਦੇ ਨੇ ਸੋ ਆਪਾਂ ਜਿਹੜਾ ਅੱਜ ਦਾ ਫਾਰਮੂਲਾ ਤੁਹਾਨੂੰ ਦੱਸਣ ਜਾ ਰਹੇ ਆ ਉਹ ਵਾਕਈ ਤੁਹਾਨੂੰ ਤਾਕਤ ਜਿਹੜੀ ਇਹ ਘੋੜੇ ਨਾਲੋਂ ਵੱਧ ਕੇ ਦੇਵੇਗਾ ਕਿਉਂਕਿ ਆਪਾਂ ਕੱਲੇ ਛੋਲਿਆਂ ਦੇ ਉੱਤੇ ਡਿਪੈਂਡ ਨਹੀਂ ਹੋਣਾ ਉਹਦੇ ਨਾਲ ਇੱਕ ਐਡੀਸ਼ਨਲ ਜਿਹਦੇ ਵਿੱਚ ਇੰਨੇ ਜ਼ਿਆਦਾ ਹੈਲਦੀ ਫੈਟਸ ਹੁੰਦੇ ਨੇ ਜਿਹੜੇ ਜਿਦਾ ਕਿ ਸਿਰਫ ਰੰਗ ਕਾਲਾ ਤੇ ਕੰਮ ਉਹਨੇ ਤੁਹਾਡੀ ਜ਼ਿੰਦਗੀ ਦਾ ਕੀ ਕਰਨਾ ਤੁਹਾਡੀ ਜ਼ਿੰਦਗੀ ਨੂੰ ਉਹਨੇ ਸਿਹਰੀ ਬਣਾ ਦੇਣਾ ਜੋ ਤੁਹਾਡਾ 파ਟਨਰ ਕਿਹਦੀ ਤੁਹਾਡੇ ਤੋਂ ਐਕਸਪੈਕਟ ਕਰਦਾ ਨਾ ਵੀ ਮੇਰਾ ਪਾਰਟਨਰ ਮੈਨੂੰ ਇੰਨੀ ਖੁਸ਼ੀ ਦਏ ਇੰਨੀ ਖੁਸ਼ੀ ਦਏ ਕਿ ਉਹਦੀਆਂ ਮੁੱਛਾਂ ਹਰ ਵੇਲੇ ਖੜੀਆਂ ਹੀ ਰਹਿਣ ਰੰਗ ਹਮੇਸ਼ਾ ਚੜਿਆ ਰਹੇ ਬੰਦਾ ਚਿਹਰਾ ਗਲੋ ਮਾਰਦਾ ਐ ਲਿਸ਼ਲਿਸ਼ ਕਰਦਾ ਐ ਇਦਾਂ ਦੀ ਖੁਸ਼ੀ ਇਦਾਂ ਦਾ ਚਿਹਰੇ ਤੇ ਰੌਣਕ ਇਦਾਂ ਦਾ ਤੁਸੀਂ ਸਰੀਰ ਇਦਾਂ ਹੋਲਾ ਫੁੱਲਾ ਤੁਸੀਂ ਨਜ਼ਾਰਾ ਆ ਜੂਗਾ ਤੁਹਾਨੂੰ ਕੋਈ ਬਿਨਾ 1 ਰੁਪਿਆ ਖਰਚ ਕੀਤੀਆਂ ਬਿਨਾ ਕਿਸੇ ਡਾਕਟਰ ਨੂੰ ਮਿਲੇ ਬਿਨਾ ਕਿਤੇ ਖੱਜਲ ਖਵਾਰੀ ਤੋਂ ਤੁਹਾਨੂੰ ਘਰ ਬੈਠੇ ਹੀ ਇੰਨੇ ਵਧੀਆ ਵਧੀਆ ਨੁਸਖੇ ਦਵਾਂਗੇ ਤੁਸੀਂ ਕਹੋਗੇ ਵੀ ਹਾਂ ਜੀ ਵਾਕਈ ਵੀ ਮਜ਼ਾ ਆ ਗਿਆ ਕੀ ਕੀ ਹੈ ਜੀ ਨੁਸਕਾ ਕੀ ਹੈ ਤੇ ਮੈਨੂੰ ਦੱਸੋ ਵੀ ਕੀ ਨੁਸਕਾ ਕਿਵੇਂ ਇਸਤੇਮਾਲ ਕਰਨਾ ਹੈ ਤੇ ਤੁਹਾਡੇ ਹੱਥੇ ਨੁਸਖੇ ਕਿਵੇਂ ਲੱਗਦੇ ਨੇ ਦੇਖੋ ਜੀ ਇਹ ਤੇ ਪਰਮਾਤਮਾ ਦੀ ਕਿਰਪਾ ਜੀ ਅਸ਼ੀਰਵਾਦ ਹੈ ਸਾਡੇ ਬਜ਼ੁਰਗਾਂ ਦਾ ਸਾਡੇ ਦਾਦਾ ਜੀ ਦੀ ਇੱਕ ਡੈਰੀ ਲਿਖੀ ਹੋਈ ਹੈ ਉਹਦੇ ਵਿੱਚ ਬਹੁਤ ਸਾਰੇ ਨੁਸਖੇ ਲਿਖੇ ਨੇ ਮਤਲਬ ਹਮੇਸ਼ਾ ਤੁਸੀਂ ਲਾਟਰੀ ਕੱਢ ਕੇ ਲਿਆਉਣੇ ਕੀਪ 온 ਟ੍ਰਾਈਂਗ ਵੀ ਆਪਾਂ ਨਵੇਂ ਤੋਂ ਨਵੀਂ ਚੀਜ਼ ਕੋਈ ਨਾ ਕੋਈ ਦੇਖਣ ਵਾਲਿਆਂ ਨਾਲ ਇੱਕ ਉਹਨਾਂ ਨੂੰ ਉਹਨਾਂ ਦੇ ਪਿਆਰ ਜੋ ਸਾਨੂੰ ਸਤਿਕਾਰ ਦਿੱਤਾ ਜਾਂਦਾ ਉਹਦਾ ਇੱਕ ਰਿਵਾਰਡ ਹੈ ਇੱਕ ਉਹਨਾਂ ਦਾ ਆਸ਼ੀਰਵਾਦ ਹੈ ਆਪਾਂ ਉਹਨਾਂ ਨੂੰ ਇੱਕ ਮਤਲਬ ਆਪਣੇ ਵੱਲੋਂ ਇੱਕ ਗਿਫਟ ਦਿੰਨੇ ਆ ਵੀ ਉਹ ਜਿਹੜੇ ਵਾਅਦੇ ਤੋਂ ਵਾਅਦੇ ਜਿਹੜੇ ਅਖੌਤੀ ਵੈਦ ਨਹੀਂ ਉਹਨਾਂ ਤੋਂ ਬਚਨ ਤੇ ਆਪਣੀ ਜ਼ਿੰਦਗੀ ਬਰਬਾਦ ਹੋਣ ਤੋਂ ਬਚਾਣ ਦੇਖੋ ਇਹ ਜਿਹੜੀਆਂ ਚੀਜ਼ਾਂ ਨੇ ਨਾ ਇੱਕ ਚੀਜ਼ ਇੱਥੇ ਮੈਂ ਕਲੈਰੀਫਾਈ ਕਰਾਂਗਾ ਪਲੀਜ਼ ਕਿਉਂਕਿ ਕਿਸੇ ਵੀ ਐਕਸਪਰਟ ਜਿਹੜਾ ਹੈ ਕੋਈ ਵੈਦ ਏ ਜਾਂ ਤੁਹਾਡਾ ਕੋਈ ਘਰ ਚ ਸਿਆਣਾ ਜਿਹਨੂੰ ਇੰਨਾ ਚੀਜ਼ਾਂ ਬਾਰੇ ਗਿਆਨ ਹੈ ਕਿਸੇ ਐਕਸਪਰਟ ਦੀ ਸਲਾਹ ਤੋਂ ਬਗੈਰ ਇਹ ਨੁਸਖੇ ਨਾ ਵਰਤੇ ਜਾਣ ਤਾਂ ਜੋ ਤੁਹਾਨੂੰ ਕਿਸੇ ਵੀ ਦੇਖਣ ਵਾਲੇ ਨੂੰ ਕੋਈ ਪ੍ਰੋਬਲਮ ਨਾ ਆਏ ਜੀ 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 ਹਾਂਜੀ ਅੱਛਾ ਇੱਕ ਗੱਲ ਹੋਰ ਦੱਸੋ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਨੁਸਖੇ ਨੇ ਤੁਹਾਡੇ ਬਜ਼ੁਰਗਾਂ ਦੇ ਇਹ ਲੱਗੇ ਸੀ ਤੁਹਾਡੇ ਬਜ਼ੁਰਗਾਂ ਦੇ ਨੁਸਖੇ ਨੇ ਤੇ ਫਿਰ ਤੁਸੀਂ ਕਿਵੇਂ ਇਹਨਾਂ ਨੁਸਖੇ ਨਾਲ ਰੁਬਰੂ ਹੋਏ ਦੇਖੋ ਜੀ ਹਰ ਇੱਕ ਸੂਝਵਾਨ ਬੰਦਾ ਜਿਹੜਾ ਇਹ ਚਾਹਦਾ ਵੀ ਜਿਹੜਾ ਗਿਆਨ ਮੇਰੇ ਕੋਲ ਸਿਗਾ ਉਹ ਗਾਂ ਆਨ ਵਾਲੀ ਜਨਰੇਸ਼ਨ ਤੱਕ ਪਾਸ ਆਨ ਹੋਏ ਹੁਣ ਕਈ ਚੀਜ਼ਾਂ ਮੈਂ ਆਪ ਤਿਆਰ ਕੀਤੀਆਂ ਹੁਣ ਉਹ ਮੈਂ ਆ ਗਾ ਆਪਣੇ ਜਨਰੇਸ਼ਨ ਨੂੰ ਜਿਹੜੀ ਆਨ ਵਾਲੀ ਜਨਰੇਸ਼ਨ ਹੈ ਉਹਨੂੰ ਦੇਖ ਕੇ ਜਾਵਾਂਗਾ ਪਾਸ ਆਨ ਕਰਾਂਗਾ ਆਪਾਂ ਇਹ ਚਾਹੁੰਦੇ ਆਂ ਵੀ ਅਸੀਂ ਤੇ ਇੱਕ ਦਿਨ ਦੁਨੀਆ ਤੋਂ ਜਾਣਾ ਹੀ ਜਾਣਾ ਇਦਾਂ ਸਾਡੇ ਦਾਦੇ ਨੇ ਵੀ ਸੋਚਿਆ ਸੀ ਇਦਾਂ ਸਾਡੇ ਫਾਦਰ ਸਾਹਿਬ ਨੇ ਵੀ ਸੋਚਿਆ ਸੀ ਵੀ ਜਾਣਾ ਹੀ ਜਾਣਾ ਉਹ ਚਾਹੁੰਦੇ ਨੇ ਵੀ ਗਾਂ ਆਨ ਵਾਲੀ ਜਿੰਨੀ ਜਨਰੇਸ਼ਨ ਹੈ ਉਹ ਇਨਾਂ ਚੀਜ਼ਾਂ ਤੋਂ ਵਾਂਝੀ ਨਾ ਰਹਿ ਜੇ ਆਪਣੇ ਜਿਹੜੇ ਸੋਰਸ ਨੇ ਆਪਣੇ ਜਿਹੜੇ ਰੂਟਸ ਨੇ ਆਪਣੀਆਂ ਜੜ੍ਹਾਂ ਦੇ ਨਾਲ ਆਪਾਂ ਪੰਜਾਬੀ ਆ ਆਪਾਂ ਆਪਣੀ ਜਿਹੜੀ ਪਛੋਕੜ ਹੈ ਉਹਦੇ ਨਾਲ ਆਪਾਂ ਜੁੜੇ ਰਹੀਏ ਕਿਉਂਕਿ ਫੈਬ੍ਰିକੇਟਿਡ ਚੀਜ਼ਾਂ ਜਿਨ੍ਹਾਂ ਦੇ ਵਿੱਚ ਕੈਮੀਕਲ ਪਾਏ ਜਾਂਦੇ ਨੇ ਡਰੱਗਸ ਹੁੰਦੇ ਨੇ ਇਨਾਂ ਚੀਜ਼ਾਂ ਤੋਂ ਸਾਡੀ ਜਿਹੜੇ ਪੁਰਾਣੇ ਵੱਡੇ ਬਜ਼ੁਰਗ ਸੀ ਉਹਨਾਂ ਨੂੰ ਪਤਾ ਸੀ ਆਨ ਵਾਲਾ ਟਾਈਮ ਬੜਾ ਮਾੜਾ ਤੁਹਾਨੂੰ ਪਤਾ ਕਾਲ ਯੁਗ ਚੱਲਦਾ ਪਿਆ ਕਾਲ ਯੁਗ ਦੇ ਵਿੱਚ ਇਨਾਂ ਚੀਜ਼ਾਂ ਦਾ ਬਹੁਤ ਪ੍ਰਭਾਵ ਹੈ ਸੋ ਇਹਨਾਂ ਚੀਜ਼ਾਂ ਤੋਂ ਉਹ ਸਾਨੂੰ ਬਚਾ ਕੇ ਰੱਖਣਾ ਚਾਹੁੰਦੇ ਸੀ ਉਹ ਤਾਂ ਸਾਡੇ ਲਈ ਉਹਨਾਂ ਚੀਜ਼ਾਂ ਨੂੰ ਐਜ਼ ਅ ਨੋਟਸ ਐਜ਼ ਅ ਡਾਇਰੀ ਉਹ ਲੇਕ ਕੇ ਛੱਡ ਕੇ ਗਏ ਨੇ ਮੈਂ ਵੀ ਮੈਨੂੰ ਵੀ ਸ਼ੌਂਕ ਹੈ ਗੱਡ ਰੀ ਲਿਖਣ ਦਾ ਮੈਂ ਵੀ ਆਪ ਵੀ ਡਾਇਰੀ ਲਿਖਦਾ ਵਾਂ ਮੈਂ ਕਹਿੰਦਾ ਕੱਲ ਨੂੰ ਰੱਬ ਨਾ ਕਰੇ ਮੈਨੂੰ ਜੇ ਕੁਝ ਹੋ ਵੀ ਜਾਏ ਤੇ ਮੇਰੀ ਆਨ ਵਾਲੀ ਜਨਰੇਸ਼ਨ ਇਹਨਾਂ ਚੀਜ਼ਾਂ ਤੋਂ ਵਾਂਝੀ ਨਾ ਰਹਿ ਜਾਏ ਜੀ ਜੀ ਅੱਛਾ ਇੱਕ ਗੱਲ ਹੋਰ ਦੱਸੋ ਤੁਸੀਂ ਦੱਸ ਰਹੇ ਸੀ ਕਿ ਜਿਹੜਾ ਨੁਸਖਾ ਤੁਸੀਂ ਅੱਜ ਦੱਸਣ ਜਾ ਰਹੇ ਹੋ ਕੈਮਰੇ ਸਾਹਮਣੇ ਰਿਵੀਲ ਕਰਨ ਜਾ ਰਹੇ ਹੋ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਨਸ਼ੇ ਵੱਲ ਲੱਗੇ ਹੋਏ ਨੇ ਜਾਂ ਜਿਨ੍ਹਾਂ ਨੂੰ ਬੜਾ ਟਾਈਮ ਹੋ ਗਿਆ ਕਿਸੇ ਨਸ਼ੇ ਦੇ ਵਿੱਚ ਪਏ ਸਰੀਰਕ ਕਮਜ਼ੋਰੀ ਬੜੀ ਆ ਜਾਂਦੀ ਹੈ ਨਸ਼ੇ ਕਰਕੇ ਉਹਨਾਂ ਤੇ ਵੀ ਕੰਮ ਕਰੇਗਾ ਬਿਲਕੁਲ ਜੀ ਬਿਲਕੁਲ ਇਹਦੇ ਸਮਝ ਲਓ ਵੀ ਰਾਮਬਾਨ ਨੁਸਕਾ ਜੀ ਨੂੰ ਕਹਿੰਦੇ ਨੇ ਨਾ ਉਹ ਚੀਜ਼ ਏ ਜਿੱਦੇ ਬੰਦੇ ਦੇ ਅੰਦਰ ਮਤਲਬ ਜਿਹਨੂੰ ਕਹਿੰਦੇ ਵੀ ਬਿਲਕੁਲ ਬੰਦਾ ਸਰੀਰ ਦੇ ਪੱਲੇ ਕੁਝ ਨਹੀਂ ਰਹਿ ਗਿਆ ਸਰੀਰ ਅੰਦਰੋਂ ਖੋਖਲਾ ਹੋ ਗਿਆ ਕਿਸੇ ਵੀ ਤਰ੍ਹਾਂ ਦਾ ਮੈਡੀਕਲ ਨਸ਼ਾ ਕੀਤਾ ਹੋਏ ਕਿਸੇ ਵੀ ਤਰ੍ਹਾਂ ਦਾ ਸਵੈਗ ਭੀਮ ਪੁੱਕੀ ਜੋ ਵੀ ਤੁਸੀਂ ਨਸ਼ੇ ਦਾ ਨਾਮ ਲੈ ਲਓ ਜਿਹੜਾ ਵੀ ਡਰੱਗ ਦੇ ਐਡਿਟ ਹੋ ਗਿਆ ਮਤਲਬ ਉਹਨੂੰ ਡਰੱਗ ਤੋਂ ਇਲਾਵਾ ਕੁਝ ਦੀ ਚਾਹੀਦਾ ਉਹ ਨਸ਼ਾ ਕਰਕੇ ਬੰਦਾ ਹਟ ਗਿਆ ਸਰੀਰ ਸੁੱਕ ਕੇ ਤੀਲੇ ਵਰਗਾ ਹੋ ਗਿਆ ਉਹਦੇ ਅੰਦਰ ਵੀ ਇੱਕ ਨਵੀਂ ਜਾਨ ਇੱਕ ਨਵੀਂ ਅਮੰਗ ਜਿਹੜੀ ਉਹ ਬਿਲਕੁਲ ਸਰੀਰ ਨੂੰ ਬਿਲਕੁਲ ਅੱਗੇ ਵਰਦੂ ਜਿੱਦਾਂ ਅੱਗੇ ਸਿਗਾ ਉਦਾਂ ਹੀ ਕਰਦੇਗਾ ਜੀ 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 ਤੇ ਫਿਰ ਕੀ ਹੈ ਜੀ ਇਹ ਛੋਲਿਆਂ ਦਾ ਇਸਤੇਮਾਲ ਤੁਸੀਂ ਕਿਵੇਂ ਦੱਸਿਆ ਵਾ ਛੋਲਿਆਂ ਦਾ ਇਸਤੇਮਾਲ ਕਰਨਾ ਕਿਵੇਂ ਹੈ ਤੁਸੀਂ ਕਹਿ ਰਹੇ ਹੋ ਕਿ ਛੋਲਿਆਂ ਦਾ ਜੇਕਰ ਅਸੀਂ ਖਾਣ ਦਾ ਸਹੀ ਇਸਤੇਮਾਲ ਕਰਨਾ ਸਿੱਖ ਜੀ ਤੇ ਅਸੀਂ ਵਿਆਗਰਾ ਵਗੈਰਾ ਜਿਹੜੀਆਂ ਗੋਲੀਆਂ ਨੇ ਜਿਹੜੀਆਂ ਨੁਕਸਾਨ ਕਰ ਰਹੀਆਂ ਨੇ ਪਾਵਰ ਕੈਪਸੂਲ ਗੋਲੀਆਂ ਨੌਜਵਾਨ ਮੁੰਡੇ ਕੁੜੀਆਂ ਦਾ ਬੜਾ ਨੁਕਸਾਨ ਕਰ ਰਹੀਆਂ ਨੇ ਉਹਨਾਂ ਤੋਂ ਖੜਾ ਜਿਹੜਾ ਛੁੱਟ ਸਕਦਾ ਦੇਖੋ ਫਰੁਕੀ ਸਾਹਿਬ ਇਹ ਨੁਸਖਾ ਮੈਂ ਹੁਣ ਦੱਸਣ ਜਾ ਰਿਹਾ ਵਾਂ ਮੈਂ ਹੋਰ ਜ਼ਿਆਦਾ ਦੇਖਣ ਵਾਲਿਆਂ ਦਾ ਸਮਾਂ ਨਹੀਂ ਖਰਾਬ ਕਰਾਂਗਾ ਤੇ ਨੁਸਖਾ ਦੱਸਣ ਤੋਂ ਪਹਿਲਾਂ ਇੱਕ ਨਾ ਇਹਨਾਂ ਦੀਆਂ ਛੋਟੀਆਂ ਜਿਹੀਆਂ ਨਾ ਇੱਕ ਆਵਰਵਿਊ ਜਿਹਾ ਲੈ ਲਈਏ ਆਪਾਂ ਵੀ ਇਹਨਾਂ ਦੀਆਂ ਪ੍ਰੋਪਰਟੀਆਂ ਕੀ ਨੇ ਮੈਂ ਕਿਉਂ ਇਹ ਗੱਲ ਕਰ ਰਿਹਾ ਵਾਂ ਕੋਈ ਵੀ ਚੀਜ਼ ਉਹਦੇ ਪਿੱਛੇ ਉਹਦਾ ਆਧਾਰ ਜਾਣਨਾ ਬਹੁਤ ਜ਼ਰੂਰੀ ਹੈ ਉਹ ਤੁਹਾਡਾ ਰਾਈਟ ਹੈ ਵੀ ਤੁਸੀਂ ਜੇ ਮੈਂ ਕੁਝ ਕਹਿ ਰਿਹਾ ਵਾਂ ਤਾਂ ਤੁਸੀਂ ਉਸ ਚੀਜ਼ ਨੂੰ ਇਨਫੋਰਮੇਸ਼ਨ ਨੂੰ ਕਰਾਸ ਚੈੱਕ ਵੀ ਕਰਨਾ ਸਿਰਫ ਕਿਸੇ ਦੀ ਵੀ ਗੱਲ ਸੁਣ ਕੇ ਫੇਸਬੁੱਕ ਤੇ ਜਾਂ ਗੂਗਲ ਤੇ ਪੜ੍ਹ ਕੇ ਕਿਸੇ ਵੀ ਚੀਜ਼ ਉੱਤੇ ਬਲਾਈਂਡਲੀ ਇਤਬਾਰ ਨਹੀਂ ਕਰਨਾ ਅੱਖਾਂ ਬੰਦ ਕਰਕੇ ਇਤਬਾਰ ਨਹੀਂ ਕਰਨਾ ਉਹਨੂੰ ਪਹਿਲਾਂ ਉਹਦੇ ਜਿਹੜੇ ਫੈਕਟਸ ਨੇ ਉਹਨਾਂ ਨੂੰ ਜਾਣਨਾ ਬਹੁਤ ਜ਼ਰੂਰੀ ਹੁੰਦਾ ਸੋ ਆਪਾਂ ਪਹਿਲਾਂ ਛੋਲਿਆਂ ਦੇ ਆਨੇ ਆ ਛੋਲਿਆਂ ਦੇ ਫੈਕਟਸ ਕੀ ਨੇ ਛੋਲਿਆਂ ਬਾਰੇ ਕੀ ਹੈ ਕਿਉਂ ਮੈਂ ਇਹਨੂੰ ਰეკਮੈਂਡ ਕਰ ਰਿਹਾ ਹਾਂ ਸਭ ਤੋਂ ਪਹਿਲਾਂ ਤਾਂ ਜੀ ਚੀਜ਼ ਇਦਾਂ ਹੈਗੀ ਹੈ ਵੀ ਇਹਦੇ ਵਿੱਚ ਵਿਟਾਮਿਨ ਹੈਗੇ ਨੇ ਮਿਨਰਲਸ ਹੈਗੇ ਨੇ ਫਾਈਬਰ ਹੈਗਾ ਇਹ ਤੁਹਾਡੀ ਡਾਈਜੈਸ਼ਨ ਨੂੰ ਇੰਪਰੂਵ ਕਰਦਾ ਆ ਦੇਖੋ ਜੀ ਮੈਂ ਵੈਸੇ ਵੀ ਉਦਾਂ ਵੀ ਛੋਲੇ ਖਾਂਦਾ ਹੀ ਰਹਿਣਾ ਵਾਂ ਸਾਰੀ ਦਿਹਾੜੀ ਮੇਰੀ ਰੂਟੀਨ ਹੈ ਤੇ ਇਹਦੇ ਵਿੱਚ ਕੀ ਹੈਗਾ ਜੀ ਵਿਟਾਮਿਨ ਹੈਗੇ ਨੇ ਜੀ ਮਿਨਰਲਸ ਹੈਗੇ ਨੇ ਤਹਾਡੀ ਡਾਈਜੈਸ਼ਨ ਨੂੰ ਇੰਪਰੂਵ ਕਰੇਗਾ ਕੈਲਸ਼ੀਅਮ ਹੈਗਾ ਮੈਗਨੀਸ਼ੀਅਮ ਹੈਗਾ ਓਵਰਆਲ ਤੁਹਾਡੀ ਮੈਂਟਲ ਹੈਲਥ ਨੂੰ ਜਿਨ੍ਹਾਂ ਦੇ ਦਿਮਾਗ ਦੇ ਉੱਤੇ ਸਟ्रेस ਰਹਿੰਦਾ ਸਟ्रेस ਮੀਨਸ ਵੀ ਤੁਸੀਂ ਇੱਕ ਬਾਰੇ ਚੀਜ਼ ਬਾਰੇ ਜਿਹੜੀ ਚੀਜ਼ ਦੇ ਉੱਤੇ ਤੁਹਾਡਾ ਕੋਈ ਕੰਟਰੋਲ ਨਹੀਂ ਹੈਗਾ ਜਿੰਨੂੰ ਤੁਸੀਂ ਚੇਂਜ ਨਹੀਂ ਕਰ ਸਕਦੇ ਉੱਪਰ ਥੱਲੇ ਨਹੀਂ ਕਰ ਸਕਦੇ ਜਿਹੜੀ ਕਿ ਚੀਜ਼ ਮਹਾਰਾਜ ਦੀ ਹੁਕਮਨਾ ਉੱਪਰ ਥੱਲੇ ਹੋਣੀ ਹੈ ਕੁਝ ਵੀ ਹੈ ਜਿਹੜੀ ਚੀਜ਼ ਆਪਾਂ ਉਸ ਚੀਜ਼ ਦਾ ਡਿਸੀਜਨ ਮੇਕ ਕਰਨੀ ਬੰਦ ਸਕਦੇ ਉਹਦੇ ਬਾਰੇ ਤੁਸੀਂ ਓਵਰਥਿੰਕ ਕਰਦੇ ਰਹਿਣਾ ਉਹ ਜਿਹੜੀ ਚੀਜ਼ ਹੈ ਉਹ ਚੀਜ਼ ਨੂੰ ਵੀ ਇਹ ਕਾਫੀ ਹੱਦ ਤੱਕ ਕੰਟਰੋਲ ਕਰੇਗਾ ਤੁਹਾਡੀ ਮੈਂਟਲ ਹੈਲਥ ਨੂੰ ਤੁਹਾਡੀ ਜਿਹੜੀ ਨੀਂਦ ਹੈ ਤੁਹਾਡੀ ਜਿਹੜੀ ਸਲੀਪ ਹੈ ਉਹਨੂੰ ਸਾਊਂਡ ਸਲੀਪ ਬਣਾਏਗਾ ਗਹਿਰੀ ਨੀਂਦ ਚ ਸੋਵੋਗੇ ਪ੍ਰੋਪਰ ਜਿੱਦਾਂ ਨੀਂਦ ਚਾਹੀਦੀ ਹੈ ਦਿਮਾਗ ਨੂੰ ਰੈਸਟ ਚਾਹੀਦਾ ਉਹ ਚੀਜ਼ ਤੁਹਾਡੇ ਨਾਲ ਆਏਗੀ ਸਭ ਤੋਂ ਜਿਹੜੀ ਮੇਨ ਚੀਜ਼ ਹੈ ਉਹ ਹੈਗੀ ਇਹਦੇ ਵਿੱਚ ਵਿਟਾਮਿਨ B6 ਹੁਣ ਵਿਟਾਮਿਨ B6 ਦਾ ਲੋਕਾਂ ਨੂੰ ਪਤਾ ਹੀ ਨਹੀਂ ਵੀ ਵਿਟਾਮਿਨ B6 ਕੀ ਹੁੰਦੀ ਹੈ ਇਹਦੇ ਬਾਰੇ ਮੈਂ ਥੋੜਾ ਜਿਹਾ ਸੰਖੇਪ ਦੇ ਵਿੱਚ ਦੱਸਾਂਗਾ ਇਹ ਐਸੈਂਸ਼ੀਅਲ ਹੁੰਦੀ ਹੈ ਆਪਣੀ ਪ੍ਰੂਵ ਕਰਨ ਲਈ ਹਾਂ ਜਿੱਦਣ ਨਾਲ ਆਪਾਂ ਕਹਿੰਨੇ ਆ ਵੀ ਲੋ ਲਿਬੀਡੋ ਹੋ ਗਿਆ ਟੈਸਟੋਸਟੇਰੋਨ ਡਾਊਨ ਹੋ ਗਿਆ ਡੋਪਾਮੀਨ ਦੀ ਕਮੀ ਡੋਪਾਮੀਨ ਇੱਕ ਕੈਮੀਕਲ ਹੈ ਜਿਹੜਾ ਬ੍ਰੇਨ ਦੇ ਵਿੱਚ ਬੰਦਾ ਜਿਹੜਾ ਉਹਨੂੰ ਜਾ ਕੇ ਸਿਗਨਲ ਦਿੰਦਾ ਕਿਸੇ ਵੀ ਐਕਟੀਵਿਟੀ ਲਈ ਜਿੱਦਣ ਨਾਲ ਆਪਾਂ ਰੈਐਕਸ਼ਨ ਦੇ ਵਿੱਚ ਆੰਦੇ ਆ ਜਿੱਦਣ ਨਾਲ ਬਲੱਡ ਦਾ ਫਲੋ ਵੱਧਦਾ ਇਹ ਚੀਜ਼ਾਂ ਸਾਰੀਆਂ ਰਿਸਪੌਂਸੀਬਲ ਹੈਗੀਆਂ ਇਹਦੇ ਵਿੱਚ ਜੁਆਇੰਟਲੀ ਇੱਕ ਵਿਟਾਮਿਨ ਵਿਟਾਮਿਨ B6 ਆਂਦਾ ਜੀ ਉਹ ਸਭ ਤੋਂ ਜ਼ਿਆਦਾ ਇਹ ਛੋਲਿਆਂ ਦੇ ਵਿੱਚ ਪਾਇਆ ਜਾਂਦਾ ਸੋ ਇਹ ਜਿਹੜੀ ਚੀਜ਼ ਹੈ ਇਹਦੇ ਨਾਲ ਇੱਕ ਚੀਜ਼ ਹੋਰ ਆਪਾਂ ਐਡ ਕੀਤੀ ਹੈ ਛੋਲਿਆਂ ਦੇ ਨਾਲ ਆਪਾਂ ਇੱਕ ਹੋਰ ਚੀਜ਼ ਦਾ ਕੰਬੀਨੇਸ਼ਨ ਪਾਇਆ ਇਹ ਦੋ ਚੀਜ਼ਾਂ ਮਿਲ ਕੇ ਇੰਨਾ ਵਧੀਆ ਜੋ ਆਪਾਂ ਕਹਿ ਦਿੰਨੇ ਹੈ ਵੀ ਦੇਸੀ ਵੈਗਰਾ ਦੇਸੀ ਵੈਗਰਾ ਨੂੰ ਵੀ ਪਿੱਛੇ ਛੱਡ ਕੇ ਬਹੁਤ ਗਾਂ ਨਿਕਲ ਜਾਂਦਾ ਮੈਂ ਕਿਹਾ ਸੀ ਸ਼ੁਰੂ ਦੇ ਵਿੱਚ ਵੀ ਬੰਬ ਨਹੀਂ ਐਟਮ ਬੰਬ ਪੇਸ਼ ਕਰਨ ਜਾ ਰਿਹਾ ਵਾਂ ਉਹ ਐਟਮ ਬੰਬ ਆ ਇਹ ਵੀ ਜਿਹੜੇ ਕਾਲੇ ਤੇਲ ਨੇ ਕਾਲੇ ਤੇਲ ਸਿਰਫ ਇਹ ਨਜ਼ਰ ਰੰਗ ਕਾਲਾ ਜ਼ਿੰਦਗੀ ਨੂੰ ਤੁਹਾਡੀ ਨੂੰ ਸੁਨਹਿਰੀ ਕਰ ਦੇਣਗੇ ਅੱਛਾ ਕਾਲੇ ਅਸੀਂ ਚਿੱਟੇ ਤੇਲ ਤਾਂ ਸੁਣੇ ਨੇ ਜੇ ਕਾਲੇ ਤੇਲ ਕੀ ਹੋਇਆ ਕਾਲੇ ਤੇਲ ਉਹਨਾਂੋਂ ਵੀ ਜ਼ਿਆਦਾ ਇਹਨਾਂ ਦੇ ਵਿੱਚ ਜਿਹੜੀਆਂ ਪ੍ਰੋਪਰਟੀਆਂ ਨੇ ਆਪਾਂ ਉਹ ਪ੍ਰੋਪਰਟੀਆਂ ਦੇ ਬਾਰੇ ਚਰਚਾ ਕਰਨੀ ਹੁਣ ਤੁਹਾਨੂੰ ਦੱਸ ਰਿਹਾ ਵਾਂ ਉਸ ਤੋਂ ਬਾਅਦ ਮੈਂ ਫਾਰਮੂਲੇ ਤੇ ਆਵਾਂਗਾ ਸਿੱਧਾ ਜਿਹੜੇ ਕਾਲੇ ਤੇਲ ਨੇ ਕੀ ਨੇ ਜੀ ਇਹਨਾਂ ਦੇ ਵਿੱਚ ਇਹ ਪੂਰੇ ਲੋਡਡ ਨੇ ਹੈਲਦੀ ਫੈਕਟਸ ਦੇ ਨਾਲ ਹੈਲਦੀ ਫੈਕਟਸ ਦਾ ਕੀ ਕੰਮ ਹੈ ਇਹਨਾਂ ਨੇ ਇਰੇਕਸ਼ਨ ਸਟਰੋਂਗ ਕਰਨਾ ਨਾਲ ਡਰਾਈਵ ਨੂੰ ਵਧਾਣਾ ਜਿਹਨੂੰ ਆਪਾਂ ਕਹਿੰਦੇ ਸਮੇ ਦੀ ਘਾਟ ਛੇਤੀ ਖਲਾਸੀ ਇਹ ਉਹ ਔਰ ਜੋ ਵੀ ਗੱਲਾਂ ਖੋਤੀ ਵਿਆਦ ਆਪਣੇ ਬੋਡਾਂ ਉੱਤੇ ਲਿਖਿਆ ਜਾਂ ਇਸ਼ਤਿਹਾਰਾਂ ਦੇ ਵਿੱਚ ਲਿਖਿਆ ਵੀ ਇਦਾਂ ਹੋ ਜਾਏਗਾ ਉਦਾਂ ਹੋ ਜਾਏਗਾ ਜੋ ਉਹਨਾਂ ਨੇ ਕਲੇਮ ਕੀਤੇ ਹੋਏ ਨੇ ਹੁਣ ਮੈਂ ਇਹਨਾਂ ਦਾ ਇੱਕ ਤੁਹਾਨੂੰ ਕੰਬੀਨੇਸ਼ਨ ਇੱਕ ਮਿਸ਼ਰਣ ਬਾਰੇ ਦੱਸਾਂਗਾ ਮਿਸ਼ਰਣ ਦੇ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਜੇ ਇਹ ਮਿਸ਼ਰਣ ਅੱਗੇ ਪਿੱਛੇ ਹੋ ਗਿਆ ਉਹਨਾਂ ਦਾ ਕੰਬੀਨੇਸ਼ਨ ਆਪਾਂ ਗਲਤ ਕਰਤਾ ਬਿਨਾ ਸਕਿਪ ਕੀਤੇ ਮੇਰੀ ਗੱਲ ਨੂੰ ਬਿਲਕੁਲ ਧਿਆਨ ਨਾਲ ਸੁਣਿਓ ਕਿੱਦਾਂ ਇਹਨੂੰ ਫਾਰਮੂਲੇ ਨੂੰ ਆਪਾਂ ਘਰ 'ਚ ਤਿਆਰ ਕਰ ਸਕਦੇ ਹਾਂ ਬੜਾ ਇਕਨੋਮਿਕਲੀ ਬੜੇ ਥੋੜੇ ਜਿਹੇ ਪੈਸਿਆਂ ਦੇ ਵਿੱਚ ਚੰਦ ਰੁਪਈਆਂ ਦੇ ਵਿੱਚ ਤੁਸੀਂ ਇੰਨੀ ਵਧੀਆ ਦਵਾਈ ਆਪਣੇ ਲਈ ਆਪ ਤਿਆਰ ਕਰ ਸਕਦੇ ਹੋ ਜੇ ਤੁਸੀਂ ਆਪ ਇਸਤੇਮਾਲ ਕਰਕੇ ਤੁਸੀਂ ਆਪਣੇ ਫਰੈਂਡਾਂ ਨੂੰ ਯਾਰਾਂ ਦੋਸਤਾਂ ਨੂੰ ਵੀ ਦੱਸੋਗੇ ਵੀ ਵਾਕਿਆ ਹੀ ਬਈ ਮਜ਼ਾ ਆ ਗਿਆ ਵੀ ਜ਼ਿੰਦਗੀ ਜੀਣ ਦਾ ਨਜ਼ਾਰਾ ਹੀ ਹੋਣਾ ਹੈ ਕਾਲੇ ਤਿੱਲੇ 'ਚ ਇਸ ਤਰ੍ਹਾਂ ਦੀ ਕੀ ਚੀਜ਼ ਹੈਗੀ ਹੈ ਜਿਹੜੀ ਵਾਈਟ 'ਚ ਨਹੀਂ ਹੈਗੀ ਕਾਲੇ ਤਿਲਾਂ ਦੇ ਵਿੱਚ ਉਹ ਪ੍ਰੋਪਰਟੀਜ਼ ਹੈਗੀਆਂ ਉਹ ਹੈਲਦੀ ਫੈਟਸ ਹੈਗੇ ਨੇ ਜਿਹੜੇ ਵਾਈਟ ਤਿਲਾਂ ਦੇ ਵਿੱਚ ਨਹੀਂ ਹੁੰਦੇ ਕਾਲੇ ਤਿਲ ਜਿਹੜੇ ਨੇ ਵਾਈਟ ਤਿਲਾਂ ਨਾਲੋਂ ਜ਼ਿਆਦਾ ਪਾਵਰਫੁੱਲ ਨੇ ਜੇ ਪਾਵਰਫੁੱਲ ਹੈਗੇ ਨੇ ਤੇ ਉਹਨਾਂ ਦਾ ਕੰਬੀਨੇਸ਼ਨ ਜਿਹੜਾ ਨਾ ਉਹ ਛੋਲਿਆਂ ਦੇ ਨਾਲ ਪ੍ਰੋਪਰ ਬੰਦਾ ਜੇ ਆਪਾਂ ਦੋਨਾਂ ਨੂੰ ਕੰਬਾਈਨ ਕਰ ਦਈਏ ਇੱਕ ਸਹੀ ਮਿਸ਼ਰਣ ਦੇ ਵਿੱਚ ਤੇ ਇਹ ਇੰਨੀ ਪਾਵਰਫੁੱਲ ਚੀਜ਼ ਬਣਦੀ ਹੈ ਨਾ ਜਿੱਦਾਂ ਕਹਿੰਨਾ ਸਰੀਰ ਬਿਲਕੁਲ ਲੱਕੜ ਵਰਗਾ ਹੋ ਗਿਆ ਲੋਅਰ ਵਰਗਾ ਹੋ ਗਿਆ ਇਹ ਵਾਕਈ ਹੋ ਜਾਂਦਾ ਮੈਂ ਜ ਆਪਣੇ ਆਪ ਆਪਣੇ ਉੱਤੇ ਤਜਰਬਾ ਕਰਕੇ ਦੇਖ ਚੁੱਕਾ ਹਾਂ ਮੈਨੂੰ ਇਹਦਾ ਰਿਜ਼ਲਟ ਬਹੁਤ ਵਧੀਆ ਮਿਲਿਆ ਆਈ ਐਮ ਸ਼ੋਰ ਵੀ ਜਿਹੜਾ ਵੀ ਵਰਤੇਗਾ ਐਕਸਪਰਟ ਦੀ ਸਲਾਹ ਨ ਵਰਤੇਗਾ ਉਹਨੂੰ ਇਹਦਾ 100% ਰਿਜ਼ਲਟ ਮਿਲੇਗਾ ਨਹੀਂ ਤੇ ਜਿਹੜੀ ਆ ਉਹਨੇ ਵੀਡੀਓ ਦੇਖਿਆ ਜਿਹੜਾ ਉਹਦਾ ਡਾਟਾ ਨਾ ਉਹਦੇ ਪੈਸੇ ਮੇਰੇ ਕੋਲ ਆਸਲਾ ਲੈ ਇੰਨਾ ਸ਼ੋਰ ਹਾਂ ਮੈਂ ਠੀਕ ਹੈ ਮੈਂ ਕੋਈ ਵੀ ਗੱਲ ਨਾ ਫਰਜੀ ਨਹੀਂ ਕਰਦਾ ਕਿਉਂਕਿ ਮੈਂ ਪਹਿਲਾਂ ਉਸ ਚੀਜ਼ ਦੇ ਉੱਤੇ ਰਿਸਰਚ ਕਰਦਾ ਵਾਂ ਫਿਰ ਉਹਨੂੰ ਆਪਣੇ ਉੱਤੇ ਇੰਪਲੀਮੈਂਟ ਕਰਦਾ ਵਾਂ ਦੈਨ ਮੈਂ ਦੇਖਣ ਵਾਲਿਆਂ ਨੂੰ ਆਪਣੇ ਪਿਆਰੇ ਵੀਰਾਂ ਨੂੰ ਉਸ ਚੀਜ਼ ਬਾਰੇ ਸਲਾਹ ਦਿੰਦਾ ਕਿਉਂਕਿ ਮੈਂ ਜਦੋਂ ਤੱਕ ਆਪ ਨਾ ਮੇਕ ਸ਼ੁਰ ਹੋਵਾਂ ਮੈਨੂੰ ਆਪ ਨੂੰ ਤਸੱਲੀ ਨਾ ਹੋਏ ਮੈਂ ਉਦੋਂ ਤੱਕ ਕੋਈ ਵੀ ਚੀਜ਼ ਕਿਸੇ ਨੂੰ ਰეკਮੈਂਡ ਕਰਨ ਜੀ ਇੰਟਰਸਟਿਡ ਨਹੀਂ ਹੁੰਦਾ ਸੋ ਇਹਦਾ ਕੰਬੀਨੇਸ਼ਨ ਦੇ ਬਾਰੇ ਹੁਣ ਆਪਾਂ ਗੱਲ ਕਰਾਂਗੇ ਵੀ ਫਾਰਮੂਲਾ ਹੈ ਕੀ ਏ ਤੁਸੀਂ ਅੱਧਾ ਕਿਲੋ ਛੋਲੇ ਲੈ ਲੈਣੇ ਨੇ ਛੋਲਿਆਂ ਦੇ ਉੱਤੋਂ ਆ ਜਿਹੜਾ ਹੈਗਾ ਇਨਾਂ ਦੇ ਉੱਤੇ ਆ ਜਿਹੜੀ ਛਿੱਲੜ ਹੁੰਦੀ ਏ ਦੀ ਛਿੱਲੜ ਲਾ ਕੇ ਅੱਟ ਕਰ ਦੇਣੀ ਏ ਐਦਾਂ ਕਰਕੇ ਐਦਾਂ ਕਰਕੇ ਇਹਦੇ ਉੱਤੇ ਜਿਹੜੇ ਆ ਛਿਲਣਾ ਹੁੰਦੀਆਂ ਇਹਨਾਂ ਨੂੰ ਏਕ-ਏਕ ਕਰਕੇ ਦਾ ਲਾ ਕੇ ਕਲੀਨ ਸੁਤਾਰ ਦੇਣ ਦਾ ਉੱਪਰ ਲਾ ਆ ਉੱਪਰਲਾ ਲਾ ਕੇ ਉਹਨਾਂ ਨੂੰ ਰੱਖ ਲੈਣਾ ਸਾਈਡ ਤੇ ਅੱਧਾ ਕਿਲੋ ਪਹਿਲਾਂ ਛੋਲੇ ਸਾਫ਼ ਕਰ ਲੈਣੇ ਨੇ ਅੱਧਾ ਕਿਲੋ ਬਲੈਕ ਤੇਲ ਲੈਣੇ ਨੇ ਇਹਨਾਂ ਦੋਨਾਂ ਨੂੰ ਖਰਲਚੇ ਪਾ ਕੇ ਹੌਲੀ-ਹੌਲੀ ਕਰਕੇ ਆਰਾਮ ਨਾਲ ਪੀਸਣਾ ਪੀਸ ਕੇ ਦਾ ਪਾਊਡਰ ਬਣਾ ਲੈਣਾ ਜਦੋਂ ਇਹਨਾਂ ਦਾ ਪਾਊਡਰ ਬਣ ਗਿਆ ਫਿਰ ਇਹਨਾਂ ਦੋਨਾਂ ਚੀਜ਼ਾਂ ਨੂੰ ਇਕੱਠੇ ਕਰ ਲੈਣਾ ਇੱਕਠੇ ਕਰਕੇ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਮਿਕਸ ਕਰਕੇ ਉਹਨੂੰ ਸਾਈਡ ਤੇ ਰੱਖ ਦੇਣਾ ਜਦੋਂ ਵੀ ਤੁਸੀਂ ਰਾਤ ਨੂੰ ਪੈਨ ਵਾਲੇ ਦੁੱਧ ਪੀਂਦੇ ਹੋ ਦੁੱਧ ਦੇ ਨਾਲ ਇੱਕ ਚਮਚਾ ਲੈਣਾ 7 ਦਿਨ ਆਪਾਂ ਲਗਾਤਾਰ ਲੈਣਾ ਠੀਕ ਹੈ ਜੀ 7 ਦਿਨ ਤੋਂ ਬਾਅਦ ਆਪਾਂ ਆਫ ਹੋਣ ਤੇ ਲੈਣਾ ਮਤਲਬ ਇੱਕ ਦਿਨ ਛੱਡ ਕੇ ਲੈਣਾ ਤੇ ਇਹ ਤੁਸੀਂ ਜਿਹੜਾ ਫਾਰਮੂਲਾ ਤੁਸੀਂ ਸਿਰਫ 1 ਮਹੀਨਾ ਯੂਜ਼ ਕਰਨਾ 1 ਮਹੀਨੇ ਵਿੱਚ ਇਹਦੇ ਇੰਨੇ ਵਧੀਆ ਰਿਜ਼ਲਟ ਆਣਗੇ ਇੰਨੇ ਵਧੀਆ ਰਿਜ਼ਲਟ ਆਣਗੇ ਤੁਸੀਂ ਆਪ ਕਹੋਗੇ ਵੀ ਮੁੱਛਾ ਖੜੀਆਂ ਹੁਣ ਬੈਂਦੀਆਂ ਨਹੀਂ ਪਈਆਂ ਕਿੱਦਾਂ ਕਰੀਏ ਦੱਸੋ ਅੱਛਾ ਇੱਕ ਗੱਲ ਹੋਰ ਦੱਸੋ ਕਿ ਇਹ ਇੱਕ ਦਿਨ ਗੈਪ ਪਾਉਣ ਦਾ ਕੀ ਅਰਥ ਰਹਿੰਦਾ ਤੁਹਾਡਾ ਦੇਖੋ ਜੀ ਕਾਲੇ ਤੇਲ ਜਿਹੜੇ ਹੁੰਦੇ ਨੇ ਇਹਦੀ ਪ੍ਰੋਪਰਟੀ ਕੀ ਏ ਗਰਮ ਹੁੰਦੇ ਨੇ ਆਪਾਂ ਇਹ ਚਾਹਦੇ ਆਂ ਵੀ ਸਰੀਰ ਨੂੰ ਫਾਇਦਾ ਤੇ ਹੋਏ ਨੁਕਸਾਨ ਨਾ ਹੋਏ ਇੱਕ ਗੱਲ ਹੋਰ ਇੱਥੇ ਮੈਂ ਥੋੜੀ ਜਿਹੀ ਐਕਸਪਲੇਨ ਕਰਨੀ ਚਾਹਾਂਗਾ ਕੋਈ ਵੀ ਮੇਰਾ ਵੀਰ ਇਸ ਚੀਜ਼ ਦੇ ਵਿੱਚ ਇਹ ਨਾ ਸੋਚੇ ਵੀ ਮੇਰੇ ਚ ਤਾਕਤ ਹੋਰ ਜ਼ਿਆਦਾ ਆ ਜੇਗੀ ਮੈਂ ਇੱਕ ਦੀ ਬਜਾਏ ਦੋ ਚਮਚੇ ਕਰ ਲਾਂ ਤਿੰਨ ਚਮਚੇ ਕਰ ਲਾਂ ਤੁਹਾਡੇ ਅੰਦਰ ਗਰਮੀ ਪੈਣ ਦਾ ਚਾਂਸ ਹੈ ਜੋ ਮੈਂ ਦੱਸ ਰਿਹਾ ਵਾਂ ਇਹਦੇ ਅਕੋਰਡਿੰਗ ਹੀ ਚੱਲਣਾ ਇੱਕ ਹਫ਼ਤਾ ਲਗਾਤਾਰ ਇੱਕ ਚਮਚਾ ਲੈਣਾ ਉਸ ਤੋਂ ਬਾਅਦ ਇੱਕ ਦਿਨ ਛੱਡ ਕੇ ਲੈਣਾ ਇਹਦੇ ਵਿੱਚ ਉਹ ਚੀਜ਼ ਨਹੀਂ ਕਰਨੀ ਆਪਾਂ ਲਾਲਚ ਨਹੀਂ ਕਰਨਾ ਵੀ ਆਪਾਂ ਰਾਤੋਂ ਰਾਤ ਤਾਕਤ ਵਧਾ ਲਈਏ ਇਦਾਂ ਕਰ ਲਈਏ ਉਦਾਂ ਕਰ ਲਈਏ ਇਦਾਂ ਦਾ ਕੁਝ ਨਹੀਂ ਹੋਣ ਵਾਲਾ ਸਰੀਰ ਇੱਕ ਚੀਜ਼ ਨੂੰ ਚੱਲਣ ਦੀ ਪਾਵਰ ਰੱਖਦਾ ਹੂੰ ਹੁਣ ਆਪਾਂ ਦੁੱਧ ਵੱਧ ਪੀ ਲਈਏ ਤੇ ਸਾਡਾ ਪੇਟ ਖਰਾਬ ਹੋ ਜਾਂਦਾ ਸਮਝਦੇ ਨਾ ਇਸ ਲਈ ਕੋਈ ਵੀ ਚੀਜ਼ ਇਹਨਾਂ ਨੂੰ ਐਕਸੈਸ 'ਚ ਨਹੀਂ ਕਰਨਾ ਐਕਸੈਸ 'ਚ ਕਰੋਗੇ ਤੇ ਉਹਦਾ ਜਿਹੜਾ ਖਮਿਆਜਾ ਭੁਗਤਣ ਲਈ ਵੀ ਰੈਡੀ ਰਹੋ ਫਿਰ ਜੀ ਜੀ ਹਾਂਜੀ ਅੱਛਾ ਇੱਕ ਗੱਲ ਹੋਰ ਦੱਸੋ ਤੇ ਜਦੋਂ ਇਹ ਅਸੀਂ ਫਾਰਮੂਲਾ ਯੂਜ਼ ਕਰ ਲਿਆ ਤੁਸੀਂ ਕਹਿ ਰਹੇ ਹੋ ਕਿ 7 ਦਿਨਾਂ ਦੇ ਵਿੱਚ ਕਮਾਲ ਦੀ ਜਿਹੜੀ ਤਾਕਤ ਹੈ ਅ ਰੋਜ਼ਾਨਾ ਦੇ ਕੰਮਕਾਰ ਦੇ ਲਈ ਵੀ ਰੋਜ਼ਾਨਾ ਦੀ ਜਿਹੜੀ ਸਾਡੀ ਜ਼ਰੂਰਤਾਂ ਹੁੰਦੀ ਨੇ ਸਰੀਰ ਦੀਆਂ ਉਸ ਲਈ ਵੀ ਬੜਾ ਕਾਰਗਰ ਰਹਿੰਦਾ ਹੈ ਜਿਹੜੇ ਲੋਕਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਜਿਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ ਤੇ ਉਹਨਾਂ ਨੂੰ ਡਰ ਹੈ ਕਿ ਕਿਤੇ ਨਾ ਕਿਤੇ ਸਾਨੂੰ ਕੋਈ ਘਾਟਨਾ ਮਹਿਸੂਸ ਹੋਵੇ ਸਰਦੀਆਂ ਚ ਉਹ ਇਸਤੇਮਾਲ ਕਰ ਸਕਦੇ ਨੇ ਜੀ ਬਿਲਕੁਲ ਕਰ ਸਕਦੇ ਨੇ ਬਸ ਮੈਂ ਜਿਹੜੀ ਗੱਲ ਕਹੀ ਉਹਦੀ ਕੰਡੀਸ਼ਨ ਇੱਕੋ ਹੀ ਹੈ ਵੀ ਕਿਸੇ ਫਿਜੀਸ਼ੀਨ ਨਾਲ ਕਿਸੇ ਵੀਰ ਭਰਾ ਨਾਲ ਜਿਹਨੂੰ ਇਹ ਇਨ੍ਹਾਂ ਚੀਜ਼ਾਂ ਬਾਰੇ ਇਲਮ ਹੈਗਾ ਗਿਆਨ ਹੈਗਾ ਉਹਨਾਂ ਨਾਲ ਸਲਾਹ مشورہ ਕਰਨ ਤੋਂ ਬਾਅਦ ਆਪਣੇ ਮਨ 'ਚ ਆਇਆ ਜੋ ਵੀ ਉਹ ਚੁੱਕ ਕੇ ਇਦਾਂ ਨਹੀਂ ਕਰਨਾ ਆਪਾਂ ਜਿਹੜਾ ਵੀ ਵੀਡੀਓ ਬਣਾਉਨੇ ਆ ਸਾਡਾ ਪਰਪਸ ਸਿਰਫ ਐਜੂਕੇਸ਼ਨਲ ਹੁੰਦਾ ਸਾਡਾ ਪਰਪਸ ਇਹ ਵੀ ਗਿਆਨ ਨੂੰ ਸਪਰੈਡ ਕਰੋ ਜੀ 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 ਗਿਆਨ ਤੁਹਾਡੇ ਕੋਲ ਹੈਗਾ ਉਹਨੂੰ ਬੰਦ ਕੇ ਨਾ ਰੱਖੋ ਉਹਨੂੰ ਖੁੱਲ ਕੇ ਦੱਸੋ ਸਾਰਿਆਂ ਨੂੰ ਹਾਂ ਅੱਛਾ ਵੈਜ ਜੀ ਮੈਨੂੰ ਬਹੁਤ ਸਾਰੇ ਕਈ ਵਾਰ ਫੋਨ ਆਉਂਦੇ ਨੇ ਕਿ ਅਸੀਂ ਫਾਰਮੂਲਾ ਇਸਤੇਮਾਲ ਕੀਤਾ ਵੈਜ ਜੀ ਦਾ ਸਾਨੂੰ ਕੋਈ ਬਹੁਤਾ ਫਾਇਦਾ ਨਹੀਂ ਹੋਇਆ ਜਾਂ ਜਿੰਨਾ ਕੁ ਵੈਦ ਜੀ ਨੇ ਦੱਸਿਆ ਸੀ ਓਨਾ ਫਾਇਦਾ ਨਹੀਂ ਹੋਇਆ ਉਹਦਾ ਕੀ ਕਾਰਨ ਰਹਿੰਦਾ ਜੀ ਦੇਖੋ ਜੀ ਇਹ ਚੀਜ਼ਾਂ ਦੇ ਵਿੱਚ ਨਾ ਬਹੁਤ ਚੀਜ਼ਾਂ ਰਿਸਪੌਂਸੀਬਲ ਫੈਕਟਰਸ ਹੁੰਦੇ ਨੇ ਦੇਖੋ ਜਦੋਂ ਤੱਕ ਆਪਾਂ ਉਹਨਾਂ ਦੀ ਰਿਪੋਰਟ ਨਹੀਂ ਦੇਖਾਂਗੇ ਉਹ ਫਾਰਮੂਲਾ ਉਹਨਾਂ ਲਈ ਹੈਗਾ ਜਾਂ ਨਹੀਂ ਹੈਗਾ ਉਹਨਾਂ ਦੀ ਏਜ ਦੇ ਹਿਸਾਬ ਨਾਲ ਹੈਗਾ ਜਾਂ ਨਹੀਂ ਹੈਗਾ ਉਹਨਾਂ ਦੀ ਕੋਈ ਪ੍ਰੋਬਲਮ ਚਲਦੀ ਹੋਏ ਹੋ ਸਕਦਾ ਬੰਦਾ ਡਾਇਬੀਟਿਸ 'ਚ ਹੋਏ ਉਹ ਉਹਨੂੰ ਫਾਰਮੂਲਾ ਯੂਜ਼ ਕਰ ਰਿਆ ਜਦੋਂ ਵੀ ਕੋਈ ਚੀਜ਼ ਹੈ ਆਪਾਂ ਉਹਨੂੰ ਸਲਾਹ مشورہ ਕੀਤੇ ਬਿਨਾ ਯੂਜ਼ ਕਰਾਂਗੇ ਤੇ ਉਹਦਾ ਫਾਰਮੂਲਾ ਨਾਲੇ ਜਿਹੜੇ ਵੀ ਫਾਰਮੂਲੇ ਹੁੰਦੇ ਨੇ ਨਾ ਇਹ ਹੁੰਦੇ ਨੇ ਆਪਣੀ ਹੈਲਥ ਨੂੰ ਮੇਨਟੇਨ ਕਰਨ ਲਈ ਹੂੰ ਠੀਕ ਹੈ ਜੀ ਵੀ ਤੁਹਾਨੂੰ ਕਮਜ਼ੋਰੀ ਨਾ ਆਏ ਜਾਂ ਇੱਕ ਚੀਜ਼ ਇਹਦੇ ਵਿੱਚ ਹੁੰਦੀ ਹੈ ਵੀ ਜਿਹੜੀ ਕਮਜ਼ੋਰੀ ਦੀ ਸਟਾਰਟਿੰਗ ਸਟੇਜ ਹੁੰਦੀ ਹੈ ਸਟੇਜ 1 ਹੁੰਦੀ ਹੈ ਉਹਦੇ ਵਿੱਚ ਤੇ ਇਹ ਫਾਰਮੂਲੇ ਬਹੁਤ ਵਧੀਆ ਕੰਮ ਕਰਦੇ ਨੇ ਪਰ ਜੇ ਤੁਸੀਂ ਕਹੋ ਵੀ 3rd ਸਟੇਜ ਵਾਲਾ ਜਾਂ 4th ਸਟੇਜ ਵਾਲਾ ਇਹ ਕੰਮ ਕਰੇਗਾ ਤੇ ਉਹਨੂੰ ਫਾਰਮੂਲੇ ਦਾ ਫਾਇਦਾ ਨਹੀਂ ਹੋਣ ਵਾਲਾ ਫਿਰ ਇਹ ਚ ਬੜੀ ਸਾਫ਼ ਦੀ ਗੱਲ ਹੈ ਅਸੀਂ ਤੇ ਇਹ ਚਾਹਦੇ ਆਂ ਵੀ ਸਾਡੇ ਕੋ ਮੇਰੇ ਕੋ ਕੋਈ ਨਾ ਆਏ ਠੀਕ ਹੈ ਮਤਲਬ ਮੈਨੂੰ ਲੱਗਦਾ ਮੈਂ ਪਹਿਲਾ ਵੈਦ ਹੋਵਾਂਗਾ ਜਿਹੜਾ ਕਹਿੰਦਾ ਵੀ ਮੇਰੇ ਕੋ ਕੋਈ ਨਾ ਆਏ ਠੀਕ ਹੈ ਮੈਂ ਕਹਿੰਦਾ ਹਾਂ ਵੀ ਤੁਸੀਂ ਘਰ ਬਹਿ ਕੇ ਆਪਣਾ ਰੋਗ ਆਪ ਠੀ ਤੋ ਇਹਨਾਂ ਦੇ ਵਿੱਚ ਚੀਜ਼ਾਂ ਦੇ ਵਿੱਚ ਆ ਇਹ ਵੀ ਜਿਹੜੀ ਜਿਹਦੀ ਸਟੇਜ ਜ਼ਿਆਦਾ ਗਾਂਢ ਚਲੇਗੀ ਉਹਨੂੰ ਫਾਇਦਾ ਹੋਣ ਦਾ ਚਾਂਸ ਨਾ ਬਰਾਬਰੀ ਹੁੰਦਾ ਅੱਛਾ ਤੇ ਫਿਰ ਜੇਕਰ ਤੁਹਾਨੂੰ ਮਿਲਣਾ ਹੋਵੇ ਮਿਲਣ ਦਾ ਕੀ ਪ੍ਰੋਸੀਜਰ ਹੈਗਾ ਔਰ ਤੁਸੀਂ ਕਿੱਥੇ ਬੈਠੇ ਹੋ ਇਸ ਵੇਲੇ ਦੇਖੋ ਫਰੂਕੀ ਸਾਹਿਬ ਮੈਨੂੰ ਮਿਲਣਾ ਬੜਾ ਆਸਾਨ ਹੈ ਕੋਈ ਵੀ ਮੈਨੂੰ ਵੀਰ ਭਰਾ ਮੇਰਾ ਮਿਲ ਸਕਦਾ ਮੈਂ ਹਰ ਰੋਜ਼ ਮਿਲਦਾ ਵਾਂ ਸਿਰਫ ਐਤਵਾਰ ਨੂੰ ਮੇਰੇ ਜਿਹੜਾ ਕਲੀਨਿਕ ਬੰਦ ਹੁੰਦਾ ਮੈਂ ਹਰ ਰੋਜ਼ 1 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਮਿਲਦਾ ਵਾਂ ਜਿਹੜੇ ਵੀ ਮੇਰੇ ਵੀਰ ਭਰਾ ਨੇ ਕਿਸੇ ਨੇ ਮੇਰੇ ਕੋਲ ਫਾਰਮੂਲਾ ਪੁੱਛਣਾ ਉਹ 6 ਵਜੇ ਤੋਂ ਲੈ ਕੇ 7 ਵਜੇ ਤੱਕ 1 ਘੰਟਾ ਮੈਂ ਫ੍ਰੀ ਆਫ ਕੋਸਟ ਬਹਿ ਕੇ ਦੇਖਦਾ ਵਾਂ ਮੈਨੂੰ ਮਿਲਣ ਦੀ ਕੋਈ ਫੀਸ ਮੈਂ ਚਾਰਜ ਨਹੀਂ ਕਰਦਾ ਠੀਕ ਹੈ ਜੀ ਇਹ ਗੱਲ ਪੱਕੀ ਹੈ ਨਾ ਅਜ ਤੱਕ ਕੀਤੀ ਹੈ ਤੇ ਨਾ ਅੱਗੇ ਵੀ ਕਰਾਂਗਾ ਓਕੇ ਮੈਂ ਬੜਾ ਸਟ੍ਰੇਟ ਫਾਰਵਰਡ ਕਹਿਣਾ ਪਿਆ ਵਾ ਵੀ ਜਿੰਨੇ ਵੀ ਮੇਰੇ ਵੀਰ ਭਰਾਣੇ ਮਿਲਣਾ ਆ ਕੇ ਮੋਸਟ ਵੈਲਕਮ ਮਿਲੇ ਨਰਿੰਦਰ ਸਿਲਮਾ ਹੈਗਾ ਜਲੰਧਰ বাস ਸਟੈਂਡ ਦੇ ਕੋਲ ਉਹਦੇ ਬਿਲਕੁਲ ਸਾਹਮਣੇ ਪ੍ਰਾਈਮ ਟਾਵਰ ਹੈਗਾ ਪ੍ਰਾਈਮ ਟਾਵਰ ਦੇ ਵਿੱਚ ਮੇਰਾ ਆਫਿਸ ਹੈ ਮੈਨੂੰ ਆ ਕੇ ਮਿਲ ਸਕਦੇ ਹੋ ਤੁਸੀਂ ਬਟ ਸ਼ਰਤ ਇੱਕੋ ਹੀ ਹੈ ਵੀ ਆਪਦੀਆਂ ਰਿਪੋਰਟਾਂ ਨਾਲ ਜ਼ਰੂਰ ਲੈ ਕੇ ਆਇਓ ਰਿਪੋਰਟਾਂ ਤੋਂ ਬਿਨਾਂ ਮੈਂ ਕਿਸੇ ਵੀ ਵੀਰ ਭਰਾ ਨੂੰ ਨਹੀਂ ਮਿਲ ਸਕਦਾ ਕਿਉਂਕਿ ਮੈਨੂੰ ਨਹੀਂ ਪਤਾ ਲੱਗਣਾ ਵੀ ਅਦੇ ਅੰਦਰ ਨੁਕਸ ਕੀ ਹੈ ਤੇ ਮੈਂ ਕਿਹੜੀ ਦਵਾਈ ਦਵਾਂਗਾ ਕਿਹੜੀਆਂ ਰਿਪੋਰਟਾਂ ਹੁੰਦੀਆਂ ਨੇ ਜਿਹੜੇ ਤੁਸੀਂ ਕਰਵਾਉਣੇ ਇੱਕ ਯੂਰੀਨ ਟੈਸਟ ਹੁੰਦਾ ਜੀ ਪਿਸ਼ਾਬ ਟੈਸਟ ਇੱਕ ਹੁੰਦਾ ਬੀਰੇਜ ਦਾ ਟੈਸਟ ਦੋਨਾਂ ਦਾ ਰੁਟੀਨ ਵਾਲਾ ਟੈਸਟ ਆ ਦੋ ਰਿਪੋਰਟਾਂ ਲੈ ਕੇ ਮੇਰਾ ਵੀਰ ਜਿਹੜਾ ਮਰਜ਼ੀ ਮੈਨੂੰ ਆਏ ਜ਼ਰੂਰੀ ਨਹੀਂ ਵੀ ਆ ਕੇ ਦਵਾਈ ਲੈਣੀ ਹੈ ਮੇਰੇ ਨਾਲ ਸਲਾਹ مشورہ ਕਰਕੇ ਵੀ ਜਾ ਸਕਦਾ ਸਲਾਹ مشورے ਦੇ ਪੈਸੇ ਕੋਈ ਨਹੀਂ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ ਵੈਦ ਜੀ ਸਾਰੀ ਗੱਲਬਾਤ ਦੇ ਲਈ ਤੇ ਆਪਣਾ ਕੀਮਤੀ ਸਮਾਂ ਹਕੀਕਤ ਟੀਵੀ ਪੰਜਾਬੀ ਦੇ ਦਰਸ਼ਕਾਂ ਨੂੰ ਦੇਣ ਲਈ ਹਕੀਕਤ ਟੀਵੀ ਦੇਖਣ ਵਾਲਿਆਂ ਦਾ ਮੇਰਾ ਪਿਆਰ ਭਰਿਆ ਸਤਿ ਸ੍ਰੀ ਅਕਾਲ ਜੀ ਸੋ ਇਹ ਸਨ ਵੈਦ ਹਰਸ਼ਬੀਰ ਜਿਨ੍ਹਾਂ ਨੂੰ ਗੋਰਿਆਂ ਦਾ ਵੈਦ ਕਿਹਾ ਜਾਂਦਾ ਔਰ ਪੂਰੀ ਦੁਨੀਆ ਦੇ ਵਿੱਚ ਗੋਰਿਆਂ ਦੇ ਵੈਦ ਦੇ ਨਾਮ ਨਾਲ ਜਾਣੇ ਜਾਂਦੇ ਨੇ ਤੇ ਉਹਨਾਂ ਦਾ ਕਹਿੰਦਾ ਕਿ ਜੇਕਰ ਛੋਲੇ ਅਤੇ ਕਾਲੇ ਤਿਲਾ ਦਾ ਸਹੀ ਮਿਸ਼ਰਣ ਦਾ ਅਸੀਂ ਇਸਤੇਮਾਲ ਸਿੱਖ ਜਾਈਏ ਤਾਂ ਸਰਦੀਆਂ ਦੇ ਵਿੱਚ ਹੋਣ ਵਾਲੀਆਂ ਜਿਹੜੀਆਂ ਥਕਾਵਟ ਹੈ ਜਾਂ ਹੋਰ ਜਿਹੜੀਆਂ ਬਿਮਾਰੀਆਂ ਨੇ ਸਰੀਰਕ ਬਿਮਾਰੀਆਂ ਹੈਗੀਆਂ ਉਸ ਤੋਂ ਬਹੁਤ ਤਰੀਕੇ ਨਾਲ ਅਸੀਂ ਆਪਣਾ ਬਚਾਅ ਕਰ ਸਕਦੇ ਹਾਂ ਫਿਰ ਵੀ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਇਹ ਵੀਡੀਓ ਦੇਖਣ ਤੋਂ ਬਾਅਦ ਪੈਦਾ ਹੁੰਦਾ ਹੈ ਤਾਂ نیچے ਅਸੀਂ ਨੰਬਰ ਹੈ ਵੈਦ ਹਰਸ਼ਵੀਰ ਉਹਨਾਂ ਦਾ ਦਿੱਤਾ ਗਿਆ ਹੈ ਉਸ ਨੰਬਰ ਤੇ ਸ਼ਾਮੀ 6 ਵਜੇ ਤੋਂ 7 ਵਜੇ ਦੇ ਵਿਚਕਾਰ ਤੁਸੀਂ ਕਾਲ ਕਰਕੇ ਉਹਨਾਂ ਨਾਲ ਸਲਾਹ مشورہ ਕਰ ਸਕਦੇ ਹੋ ਕਿਉਂਕਿ ਜਿਹੜਾ ਇਸ ਵੀਡੀਓ ਬਣਾਉਣ ਦਾ ਪਰਪਸ ਇਹ ਹੁੰਦਾ ਕਿ ਅਸੀਂ ਕੁਦਰਤ ਦੇ ਨੇੜੇ ਤੁਹਾਨੂੰ ਲੈ ਕੇ ਜਾਈਏ ਕੁਦਰਤ ਦੀ ਤਾਕਤ ਦਾ ਤੁਹਾਨੂੰ ਅਹਿਸਾਸ ਕਰਵਾਈਏ ਤੇ ਵੀਡੀਓ ਅਸੀਂ ਐਜੂਕੇਸ਼ਨਲ ਪਰਪਸ ਦੇ ਨਾਲ ਬਣਾਉਨੇ ਆ ਔਰ ਜੇਕਰ ਤੁਸੀਂ ਇਸ ਨੂੰ ਆਪਣੀ ਮਰਜ਼ੀ ਨਾਲ ਯੂਜ਼ ਕਰੋਗੇ ਤਾਂ ਕਈ ਵਾਰ ਜਿਹੜਾ ਇਹ ਨੁਸਕਾ ਫਾਇਦਾ ਦੇਣ ਦੀ ਥਾਂ ਤੇ ਨੁਕਸਾਨ ਵੀ ਕਰ ਸਕਦਾ ਹੈ ਸੋ ਮੇਰੀ ਅਪੀਲ ਇਹ ਹੋਇਆ ਜਦੋਂ ਵੀ ਅਸੀਂ ਕੋਈ ਵੀ ਇਸੇ ਤਰ੍ਹਾਂ ਦਾ ਨੁਸਕਾ ਯੂਜ਼ ਕਰਨਾ ਹੈ ਤਾਂ ਕਿਸੇ ਚੰਗੇ ਡਾਕਟਰ ਫਿਜੀਸ਼ੀਨ ਤੇ ਵੈਦ ਹਕੀਮ ਦੇ ਮਸ਼ਵਰੇ ਤੋਂ ਬਗੈਰ ਜਿਹੜਾ ਇਹ ਚੀਜ਼ ਅਸੀਂ ਨਾ ਅਮਲ ਚ ਲਈਏ ਧੰਨਵਾਦ